ਸਿਸ ਮੈਂ ਚੈਨ ਆਰਾਮ ਨੀ ਸ਼ੀਸ਼ ਮਹਿਲ ਕਿਸ ਕਾਮ ਕੁੱਲੀ ਕੱਖਾਂ ਭਲੀ ਹੈ ਜਹਾਂ ਕ੍ਰਿਸ਼ਨ ਹਰੀ ਰਾਮ ਕੌਣ ਜਗਤ ਮੇਂ ਏਕ ਹੈ ਕੌਣ ਜਗਤ ਮੇਂ ਦੋਏ ਕੌਣ ਜਗਤ ਮੇਂ ਜਾਗਦਾ ਕੌਣ ਰਿਹਾ ਹੈ ਸੋਏ ਆਰਾਮ ਜਗਤ ਮੇਂ ਏਕ ਹੈ ਚੰਦ ਸੂਰਜ ਹੈ ਦੋਏ ਪਾਪ ਜਗਤ ਮੇਂ ਜਾਗਦਾ ਧਰਮ ਰਿਹਾ ਹੈ ਸੋਏ ਮਰਦਾਂ ਦੀ ਧਰਤੀ ਤੇ ਜੀਣਾ ਪੈਂਦਾ ਖੂਨ ਪਿਆਲਾ ਪੀਣਾ ਪੈਂਦਾ ਫੱਟ ਕਾਲ ਜਾ ਸੀਣਾ ਬਦਲੀ ਰੁੱਤ ਵਰਾਨਾ ਦੀ ਸੰਗਤੇ ਸੁਣਿਓ ਮਨ ਚ ਦਲਾ ਕੇ ਸਾਖੀ ਵੀਰ ਜਵਾਨਾਂ ਦੀ ਜਿਹੜੇ ਲੋਕਾਂ ਬਦਲੇ ਮਰ ਗਏ ਆਪਾਂ ਜਗ ਵਿੱਚ ਰੋਸ਼ਨ ਕਰ ਗਏ ਕਿਸੇ ਦੀਆਂ ਜੋ ਤਕਲੀਫਾਂ ਜਰ ਗਏ ਹਰ ਕੋਈ ਨਾ ਜਰ ਸਕਦਾ ਏ ਸਭ ਤੋਂ ਕਠਿਨ ਦੇਸ਼ ਦੀ ਸੇਵਾ ਹਰ ਕੋਈ ਨਾ ਕਰ ਸਕਦਾ ਏ ਮਰਦਾਂ ਦੀ ਧਰਤੀ ਤੇ ਜੀਣਾ ਪੈਂਦਾ ਖੂਨ ਪਿਆਲਾ ਪੀਣਾ ਪੈਂਦਾ ਫੱਟ ਕਾਲ ਜਾ ਸੀਣਾ ਬਦਲੀ ਰੁੱਤ ਵਰਾਨਾ ਦੀ ਸੰਗਤੇ ਸੁਣਿਓ ਮਨ ਚ ਦਲਾ ਗਏ ਸਾਖੀ ਵੀਰ ਜਵਾਨਾਂ ਦੀ ਜਿਹੜੇ ਲੋਕਾਂ ਬਦਲੇ ਮਰ ਗਏ ਆਪਾਂ ਜਗ ਵਿੱਚ ਰੋਸ਼ਨ ਕਰ ਗਏ ਕਿਸੇ ਦੀਆਂ ਜੋ ਤਕਲੀਫਾਂ ਜਰ ਗਏ ਹਰ ਕੋਈ ਨਾ ਜਰ ਸਕਦਾ ਏ ਸਭ ਤੋਂ ਕਠਿਨ ਦੇਸ਼ ਦੀ ਸੇਵਾ ਹਰ ਕੋਈ ਨਾ ਕਰ ਸਕਦਾ ਏ ਕਰ ਗਏ ਕੌਮ ਹਿੱਤ ਕੁਰਬਾਨੀ ਰਹਿ ਗਈ ਜਗ ਤੇ ਅਮਰ ਨਿਸ਼ਾਨੀ ਮਿਥਿਆ ਉਹਨਾਂ ਨੇ ਜਗ ਫਾਨੀ ਦਾਈ ਰੱਖ ਪਰਾਨਾਂ ਦੀ ਸੰਗਤੇ ਸੁਣਿਓ ਮਨ ਚ ਦਲਾ ਕੇ ਸਾਖੀ ਵੀਰ ਜਵਾਨਾਂ ਦੀ ਕਰਦਾ ਬਦਲੇ ਹਰ ਕੋਈ ਮਰਦਾ ਕਰਦੇ ਬਦਲੇ ਹਰ ਕੋਈ ਮਰਦਾ ਹਰ ਕੋਈ ਖਿਆਲ ਨਹੀਂ ਛੱਡਦਾ ਕਰਦਾ ਵਿਰਲਾ ਮੌਤ ਦੇ ਫਾਰਮ ਭਰਦਾ ਹਰ ਕੋਈ ਨਾ ਭਰ ਸਕਦਾ ਏ ਸਭ ਤੋਂ ਕਠਿਨ ਦੇਸ਼ ਦੀ ਸੇਵਾ ਹਰ ਕੋਈ ਨਾ ਕਰ ਸਕਦਾ ਏ ਹੋਰਾਂ ਹਿੰਦ ਵਿੱਚ ਜ਼ੁਲਮ ਕਮਾਏ ਜੋਧੇ ਚੱਲ ਮੈਦਾਨ 'ਚ ਆਏ ਜਿੰਨਾ ਥੰਮ ਅੰਗਰੇਜ਼ ਦੇ ਢਾਏ ਭਾਰਤ ਦੇ ਬਲਵਾਨਾਂ ਦੀ ਸੰਗਤੇ ਸੁਣਿਓ ਮਨ ਚ ਦਲਾ ਕੇ ਸਾਖੀ ਵੀਰ ਜਵਾਨਾਂ ਦੀ ਹੱਥੀ ਮਨ ਮੌਤ ਦੇ ਗਾਨੇ ਲਿਖਦੇ ਨਾਮ ਸ਼ਹੀਦੀ ਖਾਨੇ ਤਰਦੇ ਨਦੀ ਸਿਆਸਤ ਦਾਨੇ ਹਰ ਕੋਈ ਨਾ ਤਰ ਸਕਦਾ ਏ ਸਭ ਤੋਂ ਕਠਿਨ ਦੇਸ਼ ਦੀ ਸੇਵਾ ਹਰ ਕੋਈ ਨਾ ਕਰ ਸਕਦਾ ਏ ਜਿੰਨਾ ਬੰਬ ਕੌਂਸਲ ਵਿੱਚ ਮਾਰਿਆ ਜਿੰਨਾ ਬੰਬ ਕੌਂਸਲ ਵਿੱਚ ਮਾਰਿਆ ਵੈਰੀ ਗੋਰੇ ਨੂੰ ਲਲਕਾਰਿਆ ਜਿਹੜਾ ਨਹੀਂ ਵੈਰੀ ਤੂੰ ਹਾਰਿਆ ਇੰਡੀਆ ਦੇ ਦਰਬਾਨਾਂ ਦੀ ਸੰਗਤੇ ਸੁਣਿਓ ਮਨ ਚ ਦਲਾ ਕੇ ਸਾਖੀ ਵੀਰ ਜਵਾਨਾਂ ਦੀ ਮਿਲਦਾ ਸੌਖਾ ਆਜ਼ਾਦੀ ਦਰਨੀ ਸਖਤੀ ਪੈਂਦੀ ਸੀਸ ਤੇ ਜਰਨੀ ਪੈਂਦੀ ਮੌਤ ਪਿਆਰੀ ਵਰਨੀ ਹਰ ਕੋਈ ਨਾ ਵਰ ਸਕਦਾ ਏ ਸਭ ਤੋਂ ਕਠਿਨ ਦੇਸ਼ ਦੀ ਸੇਵਾ ਹਰ ਕੋਈ ਨਾ ਕਰ ਸਕਦਾ ਏ ਉਹ ਰੋਸ਼ਨ ਮਾਤ ਪਿਤਾ ਨੂੰ ਕਰ ਗਏ ਜਿਹੜੇ ਦੇਸ਼ ਵਾਸਤੇ ਮਰ ਗਏ ਜਿੰਨਾ ਕੋਲੋਂ ਲੁਟੇਰੇ ਹਰ ਗਏ ਭਾਰਤ ਦੇ ਬਲਵਾਨਾਂ ਦੀ ਸੰਗਤੇ ਸੁਣਿਓ ਮਨ ਚ ਦਲਾ ਕੇ ਸਾਖੀ ਵੀਰ ਜਵਾਨਾਂ ਦੀ ਜਿੰਨਾ ਰਾਕੀ ਗੋਰਿਆਂ ਦੀ ਅੱਤ ਸੀ ਯੋਧੇ ਭਗਤ ਸਿੰਘ ਤੇ ਦੱਤ ਸੀ ਜਿੰਨਾ ਰੋਕੀ ਗੋਰੇ ਦੀ ਅੱਤ ਸੀ ਯੋਧੇ ਭਗਤ ਸਿੰਘ ਤੇ ਦੱਤ ਸੀ ਡੋਲੀ ਭਾਰਤ ਮਾਂ ਤੋਂ ਰੱਤ ਸੀ ਜੋਗੀ ਛੰਦ ਭਰ ਸਕਦਾ ਏ ਸਭ ਤੋਂ ਕਠਿਨ ਦੇਸ਼ ਦੀ ਸੇਵਾ ਹਰ ਕੋਈ ਨਾ ਕਰ ਸਕਦਾ ਏ ਹਿੰਦੁਸਤਾਨ ਦੀ ਆਜ਼ਾਦੀ ਦੀ ਖਾਤਰ ਬੜੀਆਂ ਲਹਿਰਾਂ ਚੱਲੀਆਂ ਨਾਮਧਾਰੀਆਂ ਦੀ ਲਹਿਰ ਚੱਲੀ 1914-15 'ਚ ਗਦਰੀ ਬਾਬਿਆਂ ਨੇ ਬੜੀਆਂ ਕੁਰਬਾਨੀਆਂ ਕੀਤੀਆਂ 1919 ਤੋਂ ਲੈ ਕੇ ਅਕਾਲੀ ਪਾਰਟੀ ਨੇ ਹਿੰਦੁਸਤਾਨ ਦੀ ਆਜ਼ਾਦੀ ਲਈ ਬੜੀਆਂ ਕੁਰਬਾਨੀਆਂ ਕੀਤੀਆਂ ਉਸ ਤੋਂ ਪਿੱਛੋਂ 1922 ਤੋਂ ਲੈ ਕੇ 1927 ਤੱਕ ਇੱਥੇ ਬੱਬਰ ਅਕਾਲੀਆਂ ਨੇ ਅੰਗਰੇਜ਼ ਦੇ ਬੜੇ ਦੰਦ ਖੱਟੇ ਕੀਤੇ ਉਸ ਤੋਂ ਪਿੱਛੋਂ ਹਿੰਦੁਸਤਾਨ ਦੇ ਲੋਕਾਂ ਦੇ ਮਨ ਦੀ ਜਾਚਨਾ ਲੈਣ ਲਈ ਇੱਕ ਸਾਈਮਨ ਕਮਿਸ਼ਨ ਲਾਹੌਰ ਵਿੱਚ ਆਉਣ ਲਈ ਹਿੰਦੁਸਤਾਨ ਵਿੱਚ ਆਉਣ ਲਈ ਭਾਰਤ ਵਿੱਚ ਆਉਣ ਲਈ ਭਾਰਤ ਦੇ ਲੋਕਾਂ ਦੀ ਹਾਲਤ ਵੇਖਣ ਲਈ ਜਦੋਂ ਇੰਗਲੈਂਡ 'ਚੋਂ ਤਿਆਰ ਹੋਇਆ ਇੱਥੇ ਹੋਲੀਆਂ ਦੇ ਦਿਨਾਂ ਦੀਆਂ ਛੁੱਟੀਆਂ ਹੋਈਆਂ ਸਨ ਸਰਦਾਰ ਭਗਤ ਸਿੰਘ ਨੇ ਹਿੰਦੁਸਤਾਨ ਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਗੱਭਰੂਆਂ ਨੂੰ ਹਿੰਦੁਸਤਾਨ ਦੀ ਆਜ਼ਾਦੀ ਦੇ ਘੋਲ ਵਿੱਚ ਕੁੱਦਣ ਵਾਸਤੇ ਜਿਹੜੀ ਅਪੀਲ ਕੀਤੀ ਉਸ ਦਾ ਵੇਰਵਾ ਇਉਂ ਕੀਤਾ ਜਾ ਰਿਹਾ ਉੱਠੋ ਦੇਸ਼ ਪੰਜਾਬੀਓ ਬਣੋ ਸੂਰਮੇ
ਬੋਲੀਆਂ ਦੇ ਦਿਨ ਸੰਨ 28 ਸੀ, ਵਿੱਚ ਅਖਬਾਰਾਂ ਦੇ ਖਬਰ ਆਈ ਸੀ, ਲਿਖਿਆ ਸੀ ਹਰ ਦੇਸ਼ ਦੇ ਜਨਾਬ ਨੂੰ, ਲੁੱਟੀ ਜਾਂਦੇ ਗੋਰੇ ਰੰਗਲੇ ਪੰਜਾਬ ਨੂੰ। ਬੋਲੀਆਂ ਦੇ ਦਿਨ ਸੰਨ 28 ਸੀ, ਵਿੱਚ ਅਖਬਾਰਾਂ ਦੇ ਖਬਰ ਆਈ ਸੀ, ਲਿਖਿਆ ਸੀ ਹਰ ਦੇਸ਼ ਦੇ ਜਨਾਬ ਨੂੰ, ਲੁੱਟੀ ਜਾਂਦੇ ਗੋਰੇ ਰੰਗਲੇ ਪੰਜਾਬ ਨੂੰ। ਇੰਡੀਆ ਦਾ ਵਾਸੀ ਨੇ ਦੁਪੱਟੇ ਪਾਉਂਦਾ ਏ, ਦੁੱਧ ਚੋ ਕੇ ਸਾਰਾ ਇੰਗਲੈਂਡ ਜਾਂਦਾ ਏ, ਹਿੰਦੀ ਭੁੱਖੇ ਗੋਰੇ ਖਾਂਦੇ ਨੇ ਕਬਾਬ ਨੂੰ, ਲੁੱਟੀ ਜਾਂਦੇ ਗੋਰੇ ਰੰਗਲੇ ਪੰਜਾਬ ਨੂੰ। ਸਾਡਾ ਖੂਨ ਪੀ ਕੇ ਮੋਟਰਾਂ ਚੱਲਦੀਆਂ, ਸਾਡੀ ਚਾਰ ਬੀ ਤੋਂ ਬੱਤੀਆਂ ਬਲਦੀਆਂ, ਰੱਦ ਪੀਏ ਲਾਉਂਦੇ ਨੇ ਹਿਸਾਬ ਨੂੰ, ਲੁੱਟੀ ਜਾਂਦੇ ਗੋਰੇ ਰੰਗਲੇ ਪੰਜਾਬ ਨੂੰ। ਆਉਂਦੇ ਜਿਹੜੇ ਮਾਲਕ ਨੂੰ ਵਿੱਚ ਕੈਦ ਦੇ, ਨੁਸਖੇ ਖਤਰ ਨਾ ਕੇ ਸਵੈਦ ਦੇ, ਪੂਰੀ ਜਾਂਦਾ ਸਾਡੇ ਖੁਸ਼ੀ ਦੇ ਤਲਾਬ ਨੂੰ, ਪੂਰੀ ਜਾਂਦਾ ਸਾਡੇ ਖੁਸ਼ੀ ਦੇ ਤਲਾਬ ਨੂੰ, ਲੁੱਟੀ ਜਾਂਦੇ ਗੋਰੇ ਰੰਗਲੇ ਪੰਜਾਬ ਨੂੰ। ਕੁੱਕਰ ਲਗਾ ਦੇ ਖੰਡ ਵਾਲੀ ਬੋਰੀ ਨੂੰ, ਵੇ ਖੁਸ਼ੀ ਹੁੰਦੀ ਇੰਗਲੈਂਡ ਛੋਰੀ ਨੂੰ, ਪੇਰ ਦੇਸੀ ਚੂਸ ਦੇ ਗੁਲਾਬ ਨੂੰ, ਲੁੱਟੀ ਜਾਂਦੇ ਗੋਰੇ ਰੰਗਲੇ ਪੰਜਾਬ ਨੂੰ। ਟੈਕਸਾਂ ਨੇ ਬਾਗਾਂ ਦੀ ਬਹਾਰ ਲੁੱਟ ਲਈ, ਹਿੰਦੀਆਂ ਲਿਖੜੀ ਗੁਲਜ਼ਾਰ ਲੁੱਟ ਲਈ, ਜਾਂਦੇ ਨੇ ਲਤਾੜੀ ਹਿੰਦ ਦੇ ਖੁਆਬ ਨੂੰ, ਲੁੱਟੀ ਜਾਂਦੇ ਗੋਰੇ ਰੰਗਲੇ ਪੰਜਾਬ ਨੂੰ। ਸੂਰਮੇ ਦਲੇਰੋ ਤੂੰ ਨੀ ਰੱਤ ਖੋਲਦੀ, ਬੋਤੇ ਮੁੱਛੀ ਜਾਂਦੇ ਨੇ ਅੰਗੂਰੀ ਮੋਲਦੀ, ਲੁੱਟੀ ਜਾਂਦੇ ਗੋਰੇ ਰੰਗਲੇ ਪੰਜਾਬ ਨੂੰ। ਉੱਠੋ ਦੇਸ਼ ਵਾਸੀਓ ਆਜ਼ਾਦੀ ਲੈਣ ਨੂੰ, ਬਣ ਕੇ ਵਰੋਧੀਆਂ ਤੇ ਬਰੀ ਪੈਣ ਨੂੰ, ਓ ਤੋੜਿਓ ਨਵੀਰ ਵੀਰਾਂ ਦੇ ਮਲਾਬ ਨੂੰ, ਲੁੱਟੀ ਜਾਂਦੇ ਗੋਰੇ ਰੰਗਲੇ ਪੰਜਾਬ ਨੂੰ। ਹਿੰਦ ਛੱਡੋ ਆਖੀਏ ਵਲੈ ਤੇ ਪੂਬ ਨੂੰ, ਰੋਲਦੇ ਕੋ ਐਵੇਂ ਜੋਗੀ ਦੇ ਸਰੂਪ ਨੂੰ, ਸ਼ੌਕੀਆਂ ਨਾ ਭੁੱਲੀ ਹਾਕਮ ਖਰਾਬ ਨੂੰ, ਲੁੱਟੀ ਜਾਂਦੇ ਗੋਰੇ ਰੰਗਲੇ ਪੰਜਾਬ ਨੂੰ। ਭਗਤ ਸਿੰਘ ਦੀ ਇਹ ਗੱਲ ਸੁਣ ਕੇ, ਇਹ ਅਖਬਾਰ ਵਿੱਚ ਲੇਖ ਪੜ੍ਹ ਕੇ ਬਹੁਤ ਸਾਰੇ ਨੌਜਵਾਨ ਭਗਤ ਸਿੰਘ ਦੇ ਦੁਆਲੇ ਜੁੜਨੇ ਸ਼ੁਰੂ ਹੋਏ। ਰਾਵੀ ਦੇ ਕੰਢੇ ਉੱਤੇ ਇਹਨਾਂ ਦਾ ਇੱਕ ਇਕੱਠ ਹੋਇਆ, ਇਹਨਾਂ ਫੈਸਲਾ ਕੀਤਾ ਦੇਸ਼ ਦੀ ਆਜ਼ਾਦੀ ਲਈ ਆਪਣੇ ਆਪ ਨੂੰ ਕੁਰਬਾਨ ਕਰ ਦੇਣਾ ਚਾਹੀਦਾ ਹੈ। ਉਹਨਾਂ ਦਿਨਾਂ ਵਿੱਚ ਸਾਈਮਨ ਕਮਿਸ਼ਨ ਹਿੰਦੁਸਤਾਨ ਵਿੱਚ ਫਿਰ ਰਿਹਾ ਸੀ। ਜਦੋਂ ਸਾਈਮਨ ਕਮਿਸ਼ਨ ਕਲਕੱਤੇ ਦੀ ਬੰਦਰਗਾਹ ਉੱਤੇ ਉਤਰਿਆ, ਇੱਥੇ ਬੰਗਾਲੀਆਂ ਨੇ ਕਾਲੀਆਂ ਝੰਡੀਆਂ ਨਾਲ ਸਾਈਮਨ ਕਮਿਸ਼ਨ ਗੋ ਬੈਕ ਦੇ ਨਾਅਰੇ ਲਾਏ। ਇਹ ਸਾਈਮਨ ਕਮਿਸ਼ਨ ਲੁਧਿਆਣੇ ਆਇਆ, ਇੱਥੇ ਵੀ ਲੋਕਾਂ ਨੇ ਇਹਦੇ ਖਿਲਾਫ਼ ਕਾਲੀਆਂ ਝੰਡੀਆਂ ਵਿਖਾਈਆਂ। ਇਹ ਸਾਈਮਨ ਕਮਿਸ਼ਨ ਜਦੋਂ ਲਾਹੌਰ ਦੇ ਪਲੇਟਫਾਰਮ 'ਤੇ ਉਤਰਿਆ, ਇੱਥੇ ਲਾਲਾ ਲਾਜਪਤ ਰਾਏ ਦੀ ਅਗਵਾਈ ਵਿੱਚ, ਯਾਦ ਰਹੇ ਉਸ ਵੇਲੇ ਸਾਡੇ ਦੇਸ਼ ਦੀ ਕਾਂਗਰਸ ਵਿੱਚ ਦੋ ਧੜੇ ਚੱਲਦੇ ਸਨ। ਇੱਕ ਧੜਾ ਸੀ ਜਿਹੜਾ ਠੰਡੇ ਕਾਂਗਰਸੀ ਕਿਹਾ ਜਾਂਦਾ, ਇੱਕ ਧੜਾ ਸੀ ਜਿਹੜਾ ਗਰਮ ਖਿਆਲੀਆਂ ਦਾ ਸੀ। ਠੰਡੇ ਧੜੇ ਦਾ ਆਗੂ, ਸ਼ਾਂਤਮਈ ਵਿੱਚ ਰਹਿਣ ਵਾਲਿਆਂ ਦੇ ਆਗੂ ਉਸ ਵੇਲੇ ਮਹਾਤਮਾ ਗਾਂਧੀ ਜੀ ਸਨ, ਅਤੇ ਗਰਮ ਧੜੇ ਦੀ ਕਾਂਗਰਸ ਦੇ ਆਗੂ ਲਾਲਾ ਲਾਜਪਤ ਰਾਏ ਸਨ। ਲਾਲਾ ਲਾਜਪਤ ਰਾਏ ਦੀ ਅਗਵਾਈ ਵਿੱਚ ਲਾਹੌਰ ਦੇ ਪਲੇਟਫਾਰਮ ਉੱਤੇ ਪੰਜਾਬੀਆਂ ਨੇ, ਹਿੰਦੁਸਤਾਨੀਆਂ ਨੇ, ਬਹਾਦਰਾਂ ਨੇ ਰਲ ਕੇ ਸਾਈਮਨ ਕਮਿਸ਼ਨ ਗੋ ਬੈਕ ਦੇ ਨਾਅਰੇ ਲਾਏ। ਆਖਿਆ ਸਾਈਮਨ ਕਮਿਸ਼ਨ ਹਿੰਦੁਸਤਾਨ 'ਚੋਂ ਵਾਪਸ ਚਲਿਆ ਜਾਏ। ਭਾਈ, ਜੇ ਹਿੰਦੁਸਤਾਨ ਦੀ ਆਜ਼ਾਦੀ ਦੇ ਅੰਕੜੇ ਇਕੱਠੇ ਕੀਤੇ ਜਾਣ ਤਾਂ 100 ਵਿੱਚੋਂ 75 ਕੁਰਬਾਨੀਆਂ ਇਕੱਲੇ ਪੰਜਾਬ ਨੇ ਕੀਤੀਆਂ ਨੇ ਹਿੰਦੁਸਤਾਨ ਵਿੱਚੋਂ ਅੰਗਰੇਜ਼ ਨੂੰ ਕੱਢਣ ਲਈ, 100 ਵਿੱਚੋਂ 19 ਕੁਰਬਾਨੀਆਂ ਇਕੱਲੇ ਬੰਗਾਲੀਆਂ ਨੇ ਕੀਤੀਆਂ ਨੇ ਹਿੰਦੁਸਤਾਨ ਵਿੱਚੋਂ ਅੰਗਰੇਜ਼ ਨੂੰ ਕੱਢਣ ਲਈ, ਬਾਕੀ 100 ਵਿੱਚੋਂ 6 ਕੁ ਕੁਰਬਾਨੀਆਂ ਰਹਿੰਦੀਆਂ ਉਹ ਸਾਰੇ ਹਿੰਦੁਸਤਾਨ ਨੇ ਕੀਤੀਆਂ ਨੇ, ਸਾਰੇ ਹਿੰਦੁਸਤਾਨ ਦੇ ਦੇਵੀ ਦੇ ਮਾਲ ਨੇ ਕੀਤੀਆਂ ਨੇ, ਸਾਰੇ ਹਿੰਦੁਸਤਾਨ ਦੇ ਸ਼ਿਵਾਂ ਦੇ ਬੇਟਿਆਂ ਨੇ ਕੀਤੀਆਂ ਨੇ, ਬਰਮਾ ਦਿਆਂ ਚੇਲਿਆਂ ਨੇ ਕੀਤੀਆਂ ਨੇ। 100 ਚੋਂ 6 ਕੁਰਬਾਨੀਆਂ, 100 ਚੋਂ 75 ਕੁਰਬਾਨੀਆਂ ਇਕੱਲੇ ਪੰਜਾਬ ਨੇ, 100 ਚੋਂ 19 ਕੁਰਬਾਨੀਆਂ ਇਕੱਲੇ ਬੰਗਾਲ ਨੇ ਕੀਤੀਆਂ ਨੇ। ਜਦੋਂ ਇੱਥੇ ਸਾਈਮਨ ਕਮਿਸ਼ਨ ਗੋ ਬੈਕ ਦੇ ਨਾਅਰੇ ਲੱਗੇ, ਸਾਈਮਨ ਕਮਿਸ਼ਨ ਦੇ ਆਗੂ ਨੇ ਆਖਿਆ ਇੱਥੇ ਪੁਲਿਸ ਵਾਲਿਆਂ ਦਾ ਕੋਈ ਪ੍ਰਬੰਧ ਨਹੀਂ, ਬਸ ਫਿਰ ਕੀ ਸੀ, ਪੁਲਿਸ ਵਾਲਿਆਂ ਨੇ ਇੱਥੇ ਡਾਂਗਾਂ ਵਰਾਉਣੀਆਂ ਸ਼ੁਰੂ ਕੀਤੀਆਂ, ਲੋਕ ਛੱਲੀਆਂ ਦੀ ਤਰ੍ਹਾਂ ਕੁੱਟੇ ਗਏ। ਲਾਲਾ ਲਾਜਪਤ ਰਾਏ ਇੰਨਾ ਜ਼ਿਆਦਾ ਜ਼ਖਮੀ ਹੋ ਗਿਆ ਕਿ ਹਸਪਤਾਲ ਜਾ ਕੇ ਲਾਲਾ ਲਾਜਪਤ ਰਾਏ ਜੀ ਆਪਣੇ ਪ੍ਰਾਣ ਤਿਆਗ ਗਏ।
ਅਜੇ ਕੁਝ ਦਿਨ ਹੋਏ ਸੀ ਲਾਲਾ ਲਾਜਪਤ ਰਾਏ ਨੂੰ ਸੰਸਾਰ ਛੱਡਿਆ। ਭਗਤ ਸਿੰਘ ਨੇ ਆਪਣੇ ਨੌਜਵਾਨ ਸਾਥੀ ਇਨਕਲਾਬੀ ਸਾਥੀ ਇਕੱਠੇ ਕੀਤੇ, ਨੌਜਵਾਨ ਭਾਰਤ ਸਭਾ ਦੇ ਮੈਂਬਰ ਇਕੱਠੇ ਕੀਤੇ, ਰਾਵੀ ਦੇ ਕੰਢੇ ਉੱਤੇ ਇਹਨਾਂ ਰਾਵੀ ਦੇ ਪਾਣੀ 'ਚੋਂ ਚੁਲੇ ਲਏ। ਸਹੁੰ ਖਾਧੀ ਹੈ ਭਾਰਤ ਮਾਂ, ਜਿਸ ਰਾਵੀ ਵਿੱਚ ਪੰਜਵੇਂ ਸਤਿਗੁਰੂ ਸ਼ਹਾਦਤ ਪਾ ਗਏ ਸਨ, ਸਮਾ ਗਏ ਸਨ। ਅਸੀਂ ਇਸ ਪਾਣੀ ਦੀ ਸੁਗੰਧ ਖਾਂਦੇ ਹਾਂ ਕਿ ਲਾਲਾ ਲਾਜਪਤ ਰਾਏ ਦੇ ਕਤਲ ਦਾ ਬਦਲਾ, ਉਹਦੀ ਸ਼ਹੀਦੀ ਦਾ ਬਦਲਾ ਜਿੰਨਾ ਚਿਰ ਅੰਗਰੇਜ਼ ਕੋਲੋਂ ਨਹੀਂ ਲੈਂਦੇ ਉਹਨਾਂ ਚਿਰ ਘਰ ਆਰਾਮ ਨਾਲ ਨਹੀਂ ਬਵਾਂਗੇ। ਭਗਤ ਸਿੰਘ ਨੇ ਆਖਿਆ, ਭਾਈ ਮੈਂ ਆਪਣਾ ਨਾਂ ਪੇਸ਼ ਕਰਦਾ ਹਾਂ, ਜੇ 61 ਅੰਗਰੇਜ਼ ਨੇ, ਪੁਲਿਸ ਦੇ ਇੰਚਾਰਜ ਨੇ ਲਾਲਾ ਲਾਜਪਤ ਰਾਏ ਨੂੰ ਡਾਂਗਾ ਮਾਰਨ ਦਾ ਹੁਕਮ ਦਿੱਤਾ ਹੈ, ਉਹਨੂੰ ਗੋਲੀ ਦਾ ਸ਼ਿਕਾਰ ਕਰ ਦਿੱਤਾ ਜਾਏਗਾ। ਇਹਦੇ ਨਾਲ ਰਾਜਗੁਰੂ ਨੇ ਆਖਿਆ, ਭਗਤ ਸਿੰਘਾ ਤੇਰਾ ਸਾਥ ਮੈਂ ਦੇਵਾਂਗਾ। ਪੰਡਿਤਾਂ ਦਾ ਮੁੰਡਾ ਜੈਗਪਾਲ ਉੱਠਿਆ, ਕਹਿੰਦਾ ਮਿੱਤਰੋ ਤੁਹਾਨੂੰ ਉਸ ਅਫਸਰ ਦੀ ਪਛਾਣ ਨਹੀਂ, ਮੇਰਾ ਦਫ਼ਤਰ ਬਿਲਕੁਲ ਉਹਦੇ ਦਫ਼ਤਰ ਦੇ ਕੋਲ ਹੈ, ਮੇਰਾ ਕਮਰਾ ਉਹਦੇ ਦਫ਼ਤਰ ਦੇ ਲਾਗੇ ਆ, ਮੈਂ ਉਹਦੀ ਸ਼ਕਲ ਤੋਂ ਜਾਣਦਾ ਹਾਂ, ਤੁਹਾਨੂੰ ਵਾਕਫੀ ਮੈਂ ਕਰਾਵਾਂਗਾ। ਡਿਊਟੀਆਂ ਇਸ ਤਰ੍ਹਾਂ ਦੀਆਂ ਲੱਗੀਆਂ ਕਿ DAV ਕਾਲਜ ਦੇ ਕੋਲ ਭਗਤ ਸਿੰਘ ਅਤੇ ਰਾਜਗੁਰੂ ਭੇਸ ਬਦਲ ਕੇ ਆਪਣੇ ਸ਼ਾਸਤਰ ਛੁਪਾ ਕੇ ਇਸ ਵੈਰੀ ਦੀ ਉਡੀਕ ਕਰ ਰਹੇ ਸਨ। 4 ਵਜੇ ਦਾ ਟਾਈਮ ਹੋ ਰਿਹਾ ਸੀ। ਜੈਗਪਾਲ, ਇਹ ਪੰਡਿਤਾਂ ਦਾ ਮੁੰਡਾ, ਲਾਲ ਰੰਗ ਦਾ ਰੁਮਾਲ ਆਪਣੇ ਹੱਥ ਵਿੱਚ ਲੈ ਕੇ ਸਰਕਾਰੀ ਦਫ਼ਤਰ ਦੇ ਇੱਧਰ ਉੱਧਰ ਟਹਿਲਦਾ ਫਿਰਦਾ ਸੀ। ਜਿਸ ਵੇਲੇ 4 ਵੱਜ ਗਏ, ਸਰਕਾਰੀ ਦਫ਼ਤਰ 'ਚ ਹੋਈ ਛੁੱਟੀ, ਸਕਾਰ ਦੀ ਥਾਂ ਸਾਂਡਰਸ ਆਪਣੇ ਮੋਟਰਸਾਈਕਲ 'ਤੇ ਚੜ੍ਹ ਕੇ ਤੁਰਿਆ। ਜਦੋਂ ਮੋਟਰਸਾਈਕਲ ਦੀ ਫਿੱਟ ਫਿੱਟ ਇਹਦੇ ਕੰਨਾਂ 'ਚ ਪਈ, ਜੈਗਪਾਲ ਦੀ ਨਿਗਾਹ ਥੋੜ੍ਹਾ ਜਿਹਾ ਭੁਲੇਖਾ ਖਾ ਗਈ। ਇਹਨੇ ਸਕਾਰ ਦੀ ਥਾਂ ਉੱਤੇ ਸ਼ਿਕਾਰ ਸਾਂਡਰਸ ਨੂੰ ਤਾੜ ਲਿਆ। ਸ਼ਕਲਾਂ ਰਲਦੀਆਂ ਸਨ, ਹੈਡ ਇੱਕੋ ਜਿਹੇ ਸਨ। ਜਦੋਂ ਮੋਟਰਸਾਈਕਲ ਨਿਕਲਿਆ ਸਰਕਾਰੀ ਦਫ਼ਤਰ 'ਚੋਂ, ਜੈਗਪਾਲ ਨੇ ਲਾਲ ਰੰਗ ਦੇ ਰੁਮਾਲ ਦਾ ਇਸ਼ਾਰਾ ਕਰ ਦਿੱਤਾ। ਭਗਤ ਸਿੰਘ ਅਤੇ ਰਾਜਗੁਰੂ ਨੇ 4 ਵਜੇ ਦਿਨ ਦਿਹਾੜੇ DAV ਕਾਲਜ ਦੇ ਕੋਲ ਸੜਕ ਉੱਤੇ ਪੰਜਾਬ ਦੇ ਵੈਰੀ ਅੰਗਰੇਜ਼ ਅਫਸਰ ਨੂੰ ਜਿਵੇਂ ਧਰਤੀ 'ਤੇ ਲਟਾਇਆ, ਇਉਂ ਬੇਨਤੀ ਕੀਤੀ ਜਾ ਰਹੀ ਹੈ। DAV ਕਾਲਜ ਦੇ ਕੋਲੇ ਫਿਰ ਦੇਸੀ ਦੋ ਮਿੱਤਰ, ਦੇਸ਼ ਦਾ ਵੈਰੀ ਮਾਰਨ ਬਦਲੇ ਆਏ ਮਦਾਨੇ ਨਿੱਤਰ। ਨਾਲ ਇਸ਼ਾਰੇ ਜਾਗਪਾਲ ਨੇ ਆਖੀ ਗੱਲ ਜਵਾਨੋ, ਭਗਤ ਸਿੰਘ ਤੇ ਰਾਜਗੁਰੂ ਨੇ ਗੋਰਾ ਮਾਰਨਾ ਜਾਨੋ। ਮੋਟਰਸਾਈਕਲ ਉੱਤੇ ਚੜ ਕੇ ਜਦੋਂ ਸਾਂਡਰਸ ਤੁਰਿਆ, ਜੈਗਪਾਲ ਨੇ ਚੰਡੀ ਦੇ ਦੀ ਢੇਲਾ ਪਾਪ ਦਾ ਖੁਰਿਆ। ਨੱਕ ਸ਼ਿਕਾਰ ਜੁਜੁਸਤ ਸ਼ਿਕਾਰੀ ਛੱਡਦਾ ਤੀਰ ਕਮਾਨੋ, ਭਗਤ ਸਿੰਘ ਤੇ ਰਾਜਗੁਰੂ ਨੇ ਗੋਰਾ ਮਾਰਨਾ ਜਾਨੋ। ਮੋਟਰਸਾਈਕਲ ਉੱਤੋਂ ਡਿੱਗਦਾ ਜਦੋਂ ਸਾਂਡਰਸ ਥੱਲੇ, ਭਗਤ ਸਿੰਘ ਤੇ ਰਾਜਗੁਰੂ ਫਿਰ ਨਸੇ ਗੋਰੇ ਵੱਲੇ। ਤੁਸੀਂ ਗੋਰਿਓ ਹਿੰਦ ਦੇ ਵੈਰੀ ਤੁਰ ਜਾਇਆ ਇਸ ਜਹਾਨੋ, ਭਗਤ ਸਿੰਘ ਤੇ ਰਾਜਗੁਰੂ ਨੇ ਗੋਰਾ ਮਾਰਿਆ ਜਾਨੋ। ਦੱਸੇ ਮਿਥੇ ਨਿਸ਼ਾਨੇ ਵੱਲੇ ਦੋਵੇਂ ਸਾਥੀ ਦੌੜੇ, ਚੰਨਣ ਸਿੰਘ ਸਪਾਹੀ ਮਗਰੋਂ ਬਤਨ ਬੋਲਦਾ ਕੋੜੇ। ਹੁਣ ਤੁਸੀਂ ਛੁਪ ਸਕਦੇ ਨਹੀਂ ਜੇ ਓ ਬਾਗੀਨ ਸਾਨੂੰ, ਭਗਤ ਸਿੰਘ ਤੇ ਰਾਜਗੁਰੂ ਨੇ ਗੋਲਾ ਮਾਰਿਆ ਜਾਨੋ। ਭਗਤ ਸਿੰਘ ਨੇ ਜਦੋਂ ਵੇਖਿਆ ਪਿੱਛਾ ਕਰੇ ਸਪਾਹੀ, ਹੋ ਪੰਜਾਬੀ ਕਰੇ ਗਦਾਰੀ ਅਜਲ ਜਾਪ ਦੀ ਆਈ। ਜਦੋਂ ਨਿਕਲੇ ਗਈ ਗੋਲੀ, ਚੰਨਣ ਸਿੰਘ ਤਰੱਕੀ ਮੰਗੇ ਪਿਆ ਮੌਤ ਦੀ ਚੋਲੀ। ਫਿਰ ਸਮੇਂ ਦੀ ਹਵਾ ਕੂਕਦੀ ਵੱਜ ਜਾਇਆ ਇਸ ਤੂਫਾਨੋ, ਭਗਤ ਸਿੰਘ ਤੇ ਰਾਜਗੁਰੂ ਨੇ ਗੋਰਾ ਮਾਰਿਆ ਜਾਨੋ। ਹਰ ਇੱਕ ਪਿੰਡ ਤੇ ਹਰ ਸ਼ਹਿਰ ਵਿੱਚ ਲੋਕੀ ਸਾਰੇ ਜਾਗੇ, ਹਿੰਦ ਵਿੱਚ ਰਹਿਣਾ ਮੁਸ਼ਕਲ ਹੋ ਗਿਆ, ਗੋਰੇ ਸੋਚਣ ਲੱਗੇ। ਨਾਰੇ ਲੱਗਣ ਇੰਡੀਆ ਛੱਡੋ, ਨਾਰੇ ਲੱਗਣ ਇੰਡੀਆ ਛੱਡੋ, ਤੁਰ ਜਾਵਾ ਦਰਬਾਨੋ, ਭਗਤ ਸਿੰਘ ਤੇ ਰਾਜਗੁਰੂ ਨੇ ਗੋਰਾ ਮਾਰਿਆ ਜਾਨੋ।
ਖੜਕ ਗਈਆਂ ਸੀ ਤਾਰਾਂ, ਬਾਗੀ ਨਾ ਹੁਣ ਵੱਜ ਕੇ ਨਿਕਲੇ, ਫਿਰ ਪਲੀ ਸੀ ਕਾਰਾਂ ਗੋਰੇ ਆਖਣ ਖਸ ਨਾ ਜਾਇਓ, ਗੋਰੇ ਆਖਣ ਖਸ ਨਾ ਜਾਇਓ, ਹਾਇ ਸੁੱਖਾਂ ਦੀਆਂ ਖਾਨਾ ਭਗਤ ਸਿੰਘ ਦੇ ਰਾਜ ਗੁਰੂ ਨੇ ਗੋਰਾ ਮਾਰਿਆ ਜਾਨੋ, ਲੋਕ ਹਰਾਨ ਲਾਹੌਰ ਸ਼ਹਿਰ ਦੇ ਬਾਗੀ ਨਾ ਹੱਥ ਆਵੇ, ਭਗਤ ਸਿੰਘ ਕਾਲਜ ਵਿੱਚ ਬੈਠਾ ਆਪਣਾ ਭੇਸ ਮਿਟਾਵੇ, ਜੋਗੀ ਲਿਖ ਦਿਉ ਇਸ਼ਤਿਹਾਰ ਤੇ ਦੇਖੂ ਜਾਸ਼ ਤੈਨੂੰ, ਭਗਤ ਸਿੰਘ ਤੇ ਰਾਜ ਗੁਰੂ ਨੇ ਗੋਰਾ ਮਾਰਿਆ ਜਾਨੋ। ਜਿਸ ਵੇਲੇ ਸਾਂਡਰਸ ਮਾਰ ਥੱਲੇ ਆਇਆ, ਭਗਤ ਸਿੰਘ ਨੇ ਪਿਸਟਲ ਦੀ ਗੋਲੀ ਮਾਰੀ, ਇਹਦੀ ਛਾਤੀ ਵਿੱਚ ਵੱਜੀ, ਇਹ ਧਰਤੀ ਉੱਤੇ ਡਿੱਗਾ ਤੜਫਦਾ। ਰਾਜਗੁਰੂ ਤੇ ਭਗਤ ਸਿੰਘ ਇਹਦੇ ਦੋਹੀਂ ਪਾਸੀ ਖਲੋਤੇ ਨੇ। ਸਾਂਡਰਸ ਨੇ ਅੱਖਾਂ ਖੋਲ ਕੇ ਰਾਜਗੁਰੂ ਵੱਲੇ ਵੇਖਿਆ, ਰਾਜਗੁਰੂ ਨੇ ਇੱਕ ਗੋਲੀ ਹਿੱਕ ਵਿੱਚ ਹੋਰ ਮਾਰੀ, ਓਏ ਪਾਪੀਆ ਅਜੇ ਵੀ ਮੇਰੀ ਧਰਤੀ ਉੱਤੇ ਅੱਖਾਂ ਖੋਲ ਕੇ ਸਾਡੇ ਵੱਲ ਵੇਖਦਾ। ਜਦੋਂ ਇਹ ਸਦਾ ਦੀ ਨੀਂਦੇ ਸੌਂ ਗਿਆ, ਰਾਜਗੁਰੂ ਆਪਣੇ ਰਸਤੇ ਪੈ ਗਿਆ। ਭਗਤ ਸਿੰਘ DAV ਕਾਲਜ ਦੀ ਗਰਾਊਂਡ ਵਿੱਚ ਦੀ ਤੁਰਿਆ ਸੀ। ਜੈਗੋਪਾਲ ਪਹਿਲਾਂ ਹੀ ਆਪਣੇ ਮਿੱਥੇ ਹੋਏ ਨਿਸ਼ਾਨੇ ਮੁਤਾਬਕ ਇੱਥੋਂ ਖਿਸਕ ਚੁੱਕਾ ਸੀ। ਸਰਦਾਰ ਭਗਤ ਸਿੰਘ ਦੇ ਕੰਨਾਂ ਵਿੱਚ ਇੱਕ ਮਗਰੋਂ ਆਵਾਜ਼ ਪਈ ਹੈ, ਓਏ ਭਗਤ ਸਿੰਘਾ, ਤੂੰ ਕਿਸ਼ਨ ਸਿੰਘ ਦਾ ਪੁੱਤਰ ਹੈ, ਮੈਂ ਤੈਨੂੰ ਸਿਆਣ ਲਿਆ, ਤੂੰ ਨੈਸ਼ਨਲ ਕਾਲਜ ਲਾਹੌਰ ਵਿੱਚ ਪੜ੍ਹਦਾ, ਤੇਰਾ ਪਿਓ ਵੀ ਬਾਗੀ ਹੈ, ਤੇਰਾ ਚਾਚਾ ਵੀ ਬਾਗੀ ਹੈ, ਪਰ ਭਗਤ ਸਿੰਘਾ ਤੂੰ ਇਹ ਕਾਤਲ, ਤੂੰ ਅੰਗਰੇਜ਼ ਅਫਸਰ ਮਾਰਿਆ, ਮੈਂ ਸਿਪਾਹੀ ਹਾਂ, ਮੇਰਾ ਨਾਮ ਚੰਨਣ ਸਿੰਘ ਹੈ, ਮੇਰਾ ਪਿੰਡ ਦਿਆਲਪੁਰਾ ਹੈ, ਮੈਨੂੰ ਲਾਹੌਰੀਆ ਕਹਿ ਕੇ ਲੋਕ ਸਾਦੇ ਨੇ। ਓਏ ਭਗਤ ਸਿੰਘਾ, ਆਪਣੇ ਆਪ ਨੂੰ ਕਾਨੂੰਨ ਦੇ ਹਵਾਲੇ ਕਰ ਦੇ, ਓਏ ਤੂੰ ਤੇ ਕਾਤਲ ਹੈ, ਤੂੰ ਤੇ ਫੜੇ ਹੀ ਜਾਣਾ, ਤੂੰ ਤੇ ਫਾਹੇ ਲੱਗ ਹੀ ਜਾਣਾ, ਪਰ ਜਾਂਦਾ ਜਾਂਦਾ ਮੈਨੂੰ ਥਾਣੇਦਾਰੀ ਦਵਾ ਜਾ, ਤੂੰ ਸਰਕਾਰ ਦਾ ਬਾਗੀ ਹੈ, ਕਾਤਲ ਹੈ, ਜਦ ਮੈਂ ਤੈਨੂੰ ਸਰਕਾਰ ਦੇ ਪੇਸ਼ ਕਰਾਂਗਾ, ਇਹਦੇ ਅਵਜਾਨੇ ਵਿੱਚ ਸਰਕਾਰ ਮੈਨੂੰ ਥਾਣੇਦਾਰੀ ਦੇਵੇਗੀ। ਭਗਤ ਸਿੰਘ ਨੇ ਖਲੋ ਕੇ ਆਖਿਆ, ਓਏ ਚੰਨਣ ਸਿਆਂ, ਤੂੰ ਵੀ ਪੰਜਾਬੀ ਹਾਂ ਤੇ ਮੈਂ ਵੀ ਪੰਜਾਬੀ ਹਾਂ, ਤੂੰ ਵੀ ਹਿੰਦੁਸਤਾਨੀ ਹੈ ਤੇ ਮੈਂ ਵੀ ਹਿੰਦੁਸਤਾਨੀ ਹਾਂ, ਤੂੰ ਮੇਰਾ ਪਿੱਛਾ ਛੱਡ ਦੇ, ਅਸੀਂ ਤੇ ਸਹੁੰ ਖਾ ਲਈ ਹੈ, ਭਈ ਅਸੀਂ ਦੇਸ਼ ਦੀ ਆਜ਼ਾਦੀ ਵਾਸਤੇ ਆਪਣੇ ਆਪ ਨੂੰ ਪੇਸ਼ ਕਰਨਾ, ਅਸੀਂ ਇਹ ਕਸਮ ਖਾ ਲਈ ਹੈ, ਅਸੀਂ ਅੰਗਰੇਜ਼ ਦੀ ਫਾਂਸੀ ਝੂਟਣੀ ਹੈ, ਅਸੀਂ ਕਸਮ ਖਾ ਲਈ ਹੈ, ਉਹਨਾਂ ਚਿਰ ਕਰ ਰਹਿਣਾ ਸਾਨੂੰ ਹਰਾਮ ਹੈ, ਉਹ ਤੂੰ ਮੇਰਾ ਪਿੱਛਾ ਛੱਡ ਦੇ। ਚੰਨਣ ਸਿੰਘ ਨੇ ਫਿਰ ਆਖਿਆ, ਉਹ ਭਗਤ ਸਿੰਘ, ਇਹ ਫੋਕਾ ਪਿਸਤੌਲ ਵਿਖਾਉਣ ਦੇ ਕੋਈ ਫਾਇਦੇ ਨਹੀਂ, ਇਹਦੇ ਵਿੱਚੋਂ ਗੋਲੀਆਂ ਚੱਲ ਚੁੱਕੀਆਂ ਨੇ, ਇਹਦੀਆਂ ਗੋਲੀਆਂ ਨਾਲ ਅੰਗਰੇਜ਼ ਅਫਸਰ ਮਰਿਆ, ਇਹ ਤਾਂ ਹੁਣ ਮਿਸਲ ਵਿੱਚ ਪੇਸ਼ ਹੋਏਗਾ। ਭਗਤ ਸਿੰਘ ਨੇ ਫਿਰ ਆਖਿਆ, ਉਹ ਚੰਨਣ ਸਿੰਘ, ਮੇਰੇ ਪਿੱਛੇ ਹਟ ਜਾ। ਪਰ ਜਦੋਂ ਚੰਨਣ ਸਿੰਘ ਨਾ ਹਟਦਾ ਵੇਖਿਆ, ਭਗਤ ਸਿੰਘ ਨੇ ਖਲੋ ਕੇ ਇਹਦੀ ਛਾਤੀ ਵਿੱਚ ਗੋਲੀ ਮਾਰੀ। ਇਹ ਡਿੱਗਾ ਧਰਤੀ ਤੇ, ਜਿਨ ਕੱਲ ਨੂੰ ਥਾਣੇਦਾਰ ਬਣਨਾ ਸੀ, ਥਾਣੇਦਾਰੀ ਦੇ ਬਿੱਲੇ ਦੇ ਕੇ ਭਗਤ ਸਿੰਘ ਨੇ ਦਿਨ ਦੀਵੀ ਇਸ ਨੂੰ ਉਸ ਅੰਗਰੇਜ਼ ਯਾਰ ਦੇ ਪਿੱਛੇ ਤੋਰ ਦਿੱਤਾ। ਭਗਤ ਸਿੰਘ ਨੈਸ਼ਨਲ ਕਾਲਜ ਵਿੱਚ ਪਹੁੰਚਾ, ਇਹਦਾ ਕਲਾਸ ਫੈਲੋ ਮਿੱਤਰ ਇਹਦੀ ਉਡੀਕ ਕਰ ਰਿਹਾ ਸੀ। ਭਗਤ ਸਿੰਘ ਨਾਲ ਮਿਲਾ ਕੇ ਹੱਥ, ਇਹਨੇ 100 ਰੁਪਈਏ ਦੇ ਨੋਟ ਦਿੱਤੇ ਨੇ। ਭਗਤ ਸਿੰਘ ਨੇ ਨੋਟ ਆਪਣੀ ਜੇਬ ਵਿੱਚ ਪਾਏ ਨੇ, ਇੱਕ ਕੱਚਾ ਲਿਖਿਆ ਹੋਇਆ ਇਸ਼ਤਿਹਾਰ ਜਿਹਨੇ ਅਜੇ ਛਪਣਾ ਸੀ, ਭਗਤ ਸਿੰਘ ਦੀ ਨਿਗਾਹ ਥੱਲਿਓਂ ਦੀ ਕੱਢਿਆ ਇਸ ਮੁੰਡੇ ਨੇ। ਭਗਤ ਸਿੰਘ ਨੇ ਠੀਕ ਆਖ ਕੇ ਮੇਜ਼ ਤੇ ਰੱਖਿਆ ਇਹ ਕੱਚਾ ਕਾਗਜ਼, ਆਪ ਚਿੱਠੀ ਰਸੈਣਾ ਵਾਲੀ ਵਰਦੀ ਪਾ ਕੇ ਇੱਥੋਂ ਭਗਵਤੀ ਚਰਨ ਦੇ ਘਰ ਨੂੰ ਤੁਰਿਆ ਹੈ। ਭਗਵਤੀ ਚਰਨ ਦੇ ਘਰ ਨੂੰ ਤੁਰਨ ਦੇ ਕੁਝ ਕਾਰਨ ਸਨ ਕਿ ਇੱਥੋਂ ਲਾਹੌਰ 'ਚੋਂ ਕਿੱਧਰ ਜਾਣਾ ਔਰ ਮੇਰੀ ਡਿਊਟੀ ਕੀ ਲੱਗੀ ਹੈ। ਭਗਵਤੀ ਚਰਨ ਸੈਕਟਰੀ ਸੀ ਨੌਜਵਾਨ ਭਾਰਤ ਸਭਾ ਦਾ, ਉਸ ਘਰ ਵਿੱਚੋਂ ਇਹਨੂੰ ਸਾਰੀ ਰਿਪੋਰਟ ਮਿਲਣੀ ਸੀ। ਭਗਵਤੀ ਚਰਨ ਦੇ ਘਰ ਜਾਣ ਲਈ ਇਹਨੇ ਚਿੱਠੀ ਰਸੈਣਾ ਵਾਲੀ ਵਰਦੀ ਤਾਂ ਪਾਈ ਹੈ ਕਿ ਆਮ ਆਦਮੀ ਨੂੰ ਹਰ ਥਾਂ ਪੁਲਿਸ ਪੁੱਛ ਸਕਦੀ ਕਿੱਥੇ ਚੱਲਿਆ, ਲੇਕਿਨ ਚਿੱਠੀ ਰਸੈਣ ਭਾਵੇਂ ਜਿਹੜੇ ਘਰ ਵੱਲ ਨੂੰ ਮਰਜ਼ੀ ਤੁਰਿਆ ਜਾਏ ਉਹਨੂੰ ਕੋਈ ਨਹੀਂ ਰੋਕੇਗਾ। ਉਹ ਚਿੱਠੀ ਰਸੈਣ ਇੱਕ ਸਾਂਝਾ ਬੰਦਾ ਹੁੰਦਾ ਹੈ, ਭਾਵੇਂ ਕਾਂਗਰਸੀ ਦੇ ਘਰ ਜਾਵੇ, ਭਾਵੇਂ ਅਕਾਲੀ ਦੇ ਘਰ ਜਾਵੇ, ਭਾਵੇਂ ਜਨ ਸੰਗੀ ਦੇ ਘਰ ਜਾਵੇ, ਭਾਵੇਂ ਉਹ ਕਿਸੇ ਦੇ ਘਰ ਜਾਵੇ, ਇਹਨੂੰ ਕੋਈ ਨਹੀਂ ਰੋਕਦਾ। ਚਿੱਠੀ ਰਸੈਣਾ ਵਾਲੀ ਵਰਦੀ ਪਾ ਕੇ ਸਰਦਾਰ ਭਗਤ ਸਿੰਘ ਭਗਵਤੀ ਚਰਨ ਦੇ ਘਰ ਚਲਿਆ ਗਿਆ। ਭਗਵਤੀ ਚਰਨ ਦੇ ਘਰੋਂ ਕੱਪੜੇ ਬਦਲੇ ਨੇ, ਸਰਕਾਰੀ ਅਫਸਰ ਬਣਿਆ। ਭਗਵਤੀ ਚਰਨ ਦੇ ਘਰ ਵਾਲੀ ਬੀਬੀ ਸੁਸ਼ੀਲਾ ਨੂੰ ਨਾਲ ਲਿਆ, ਜਿਹਦਾ ਇਤਿਹਾਸ ਵਿੱਚ ਨਾਮ ਦੁਰਗਾ ਦੇਵੀ ਵੀ ਆਉਂਦਾ ਹੈ। ਭਗਵਤੀ ਚਰਨ ਦਾ ਮੁੰਡਾ ਸਰਦਾਰ ਭਗਤ ਸਿੰਘ ਨੇ ਚੁੱਕਿਆ ਤੇ ਭਗਵਤੀ ਚਰਨ ਦੇ ਘਰ ਵਾਲੀ ਨੇ ਟੈਚੀ ਕੇਸ ਚੁੱਕਿਆ, ਇਸ ਲਈ
ਕਿ ਇਸਤਰੀ ਨਾਲ ਤੁਰੀ ਜਾਂਦੀ ਹੋਵੇ ਕੋਈ ਬੰਦਾ ਆਵਾਜ਼ ਨਹੀਂ ਮਾਰਦਾ, ਇਸਤਰੀ ਨਾ ਨਾਲ ਤੁਰੀ ਜਾਂਦੀ ਹੋਵੇ 100 ਬੰਦਾ ਰਾਹ ਪੁੱਛਣ ਵਾਲਾ ਆਵਾਜ਼ ਮਾਰਦਾ। ਘਰੋਂ ਨਿਕਲੇ ਨੇ ਮੁਸਲਮਾਨ ਤਾਂਗੇ ਵਾਲੇ ਨੂੰ ਮਾਰੀ ਆਵਾਜ਼, ਤਾਂਗੇ ਉੱਤੇ ਅਸਵਾਰ ਹੋਏ ਨੇ, ਅਜੇ ਤਾਂਗਾ ਘਰੋਂ ਤੁਰਿਆ ਹੀ ਸੀ, ਪੁਲਿਸ ਦੀ ਕਾਰ ਕੂਕਰਾਂ ਪਾਉਂਦੀ ਨਿਕਲ ਗਈ। ਕੰਨਾਂ ਨੂੰ ਹੱਥ ਲਾ ਕੇ ਤਾਂਗੇ ਵਾਲੇ ਮੁਸਲਮਾਨ ਨੇ ਆਖਿਆ, ਉਹ ਮੇਰੇ ਖੁਦਾਵੰਦਾ, ਅਜੇ ਅੰਗਰੇਜ਼ ਵੀ ਹਿੰਦੁਸਤਾਨ 'ਚੋਂ ਜਾਊਗਾ ਕਿ ਨਹੀਂ? ਜਦੋਂ ਇਹ ਗੱਲ ਭਗਤ ਸਿੰਘ ਨੇ ਸੁਣੀ, ਕਹਿੰਦਾ ਬਾਬਾ ਆਂਦੇ ਅੱਜ ਇੱਥੇ ਗੋਰਾ ਅਫਸਰ ਮਰ ਗਿਆ, ਇੱਕ ਗੋਰਾ ਅਫਸਰ ਘੋੜੇ ਨੂੰ ਛਾਂਟ ਮਾਰ ਕੇ। ਬੁੱਢੇ ਮੁਸਲਮਾਨ ਨੇ ਆਖਿਆ, ਬਾਊ ਜੀ ਹੁਣ ਇਸੇ ਤਰ੍ਹਾਂ ਮਰਨਗੇ। ਭਗਤ ਸਿੰਘ ਨੇ ਆਖਿਆ, ਬਾਬਾ ਭਈ ਜਿਹੜੇ ਬੰਦੇ ਨੇ ਮਾਰਿਆ ਉਹ ਗ੍ਰਿਫਤਾਰ ਨਾ ਹੋਊਗਾ? ਬੁੱਢੇ ਮੁਸਲਮਾਨ ਨੇ ਆਖਿਆ, ਨਹੀਂ ਬਾਬੂ ਜੀ, ਕੋਈ ਬੰਦਾ ਉਸ ਬੰਦੇ ਨੂੰ ਫੜਾ ਕੇ ਆਪਣੇ ਆਪ ਨੂੰ ਗਦਾਰ ਨਹੀਂ ਅਖਵਾ ਸਕਦਾ। ਸਰਦਾਰ ਭਗਤ ਸਿੰਘ ਨੇ ਆਖਿਆ, ਬਾਬਾ ਮੈਨੂੰ ਇਹ ਦੱਸ ਵੀ ਜੇ ਭਲਾ ਅੰਗਰੇਜ਼ ਹਿੰਦੁਸਤਾਨ ਨੂੰ ਛੱਡ ਜਾਵੇ ਤੈਨੂੰ ਕੀ ਮਿਲੇਗਾ? ਬੁੱਢੇ ਮੁਸਲਮਾਨ ਨੇ ਘੋੜੇ ਨੂੰ ਛਾਂਟ ਮਾਰ ਕੇ ਆਖਿਆ, ਉਹ ਬਾਬੂ ਜੀ ਫਿਰ ਮੇਰੇ ਇਸ ਜੱਕੇ ਨੂੰ ਟੈਕਸ ਨਹੀਂ ਲੱਗੂਗਾ। ਸਰਦਾਰ ਭਗਤ ਸਿੰਘ ਨੇ ਆਖਿਆ, ਬਾਬਾ ਤੇਰੇ ਜੱਕੇ ਨੂੰ ਤਾਂ ਟੈਕਸ ਨਾ ਲੱਗਾ, ਅਤੇ ਸਾਡੇ ਪੜ੍ਹਿਆ ਲਿਖਿਆ ਬਾਰੇ ਵੀ ਸੋਚਿਆ ਕੁਝ? ਜਿਹੜੇ ਤੁਹਾਡੇ ਦੇਸ਼ ਦੇ ਲੋਕ ਆਜ਼ਾਦੀ ਦੀਆਂ ਗੱਲਾਂ ਕਰਦੇ ਨੇ? ਬੁੱਢੇ ਮੁਸਲਮਾਨ ਨੇ ਆਖਿਆ, ਹਾਂ ਬਾਬੂ ਜੀ, ਫਿਰ 14ਵੀਂ ਤੱਕ ਦੀ ਪੜ੍ਹਾਈ ਫ੍ਰੀ ਹੋ ਜੂਗੀ, ਕਿਤਾਬਾਂ ਮੁਫਤ ਮਿਲਣਗੀਆਂ, ਪਾੜਿਆਂ ਵਾਸਤੇ ਕਾਲਜਾਂ ਵਿੱਚ ਸਕੂਲਾਂ ਵਿੱਚ ਸਰਕਾਰ ਦੁੱਧ ਭੇਜਿਆ ਕਰੇਗੀ। ਬੁੱਢੇ ਮੁਸਲਮਾਨ ਦੀ ਗੱਲ ਸੁਣ ਕੇ ਸਰਦਾਰ ਭਗਤ ਸਿੰਘ ਨੇ ਆਖਿਆ, ਬਾਬਾ ਫਿਰ ਜ਼ਿਮੀਂਦਾਰਾਂ ਦਾ ਵੀ ਭਲਾ ਕਰੂਗੀ ਸਰਕਾਰ ਕੋਈ? ਉਹਨੇ ਆਖਿਆ, ਹਾਂ ਬਾਬੂ ਜੀ, ਜਿਣਸ ਦਾ ਪੂਰਾ ਮੁੱਲ ਮਿਲਿਆ ਕਰੂਗਾ, ਬਿਜਲੀ ਪੂਰੀ ਆਵੇ ਤੇ ਮਾਮਲਾ ਪੂਰਾ ਲੱਗੂਗਾ, ਪਾਣੀ ਪੂਰਾ ਆਵੇ ਤੇ ਮਾਮਲਾ ਪੂਰਾ ਲੱਗੂਗਾ, ਨਹੀਂ ਤੇ ਸਰਕਾਰ ਬੜੀਆਂ ਛੋਟਾਂ ਦਿਆ ਕਰੇਗੀ। ਬੁੱਢੇ ਮੁਸਲਮਾਨ ਦੀ ਗੱਲ ਸੁਣ ਕੇ ਸਰਦਾਰ ਭਗਤ ਸਿੰਘ ਨੇ ਆਖਿਆ, ਬਾਬਾ ਕੋਈ ਜਿਹੜੇ ਬੰਦੇ ਨੇ ਮਾਰਿਆ ਉਹਦਾ ਕੋਈ ਇਨਾਮ ਵੀ ਸਰਕਾਰ ਰੱਖੂਗੀ? ਬੁੱਢੇ ਮੁਸਲਮਾਨ ਨੇ ਆਖਿਆ, ਹਾਂ ਬਾਬੂ ਜੀ, ਘੱਟ ਤੋਂ ਘੱਟ 50,000 ਰੁਪਈਆ ਇਨਾਮ ਸਰਕਾਰ ਉਹਨੂੰ ਦਊਗੀ ਜਿਹੜਾ ਉਸ ਬੰਦੇ ਨੂੰ ਫੜਾਵੇ ਜਿਹਨ ਅੰਗਰੇਜ਼ ਅਫਸਰ ਮਾਰਿਆ। ਬਾਬਾ ਉਹ ਥੋੜ੍ਹਾ ਬਹੁਤਾ ਤਾਂ ਤੈਨੂੰ ਪਤਾ ਹੋਣਾ ਭਈ ਇਹ ਮਾਰਿਆ ਕਿਹਨਾਂ, ਇਹ ਕਿਹੜੇ ਨੇ ਬੰਦੇ ਪਾਰਟੀ ਵਾਲੇ? ਬੁੱਢੇ ਮੁਸਲਮਾਨ ਨੇ ਹੌਲੀ ਨਾਲ ਆਖਿਆ, ਤੈਨੂੰ ਨਹੀਂ ਪਤਾ ਬਾਬੂ ਜੀ, ਅਖਬਾਰਾਂ ਪੜ੍ਹਨ ਵਾਲਾ ਜਾਪਦਾ, ਇਹ ਭਗਤ ਸਿੰਘ ਦੀ ਪਾਰਟੀ ਨੇ ਮਾਰਿਆ। ਬੜੇ ਇਨਕਲਾਬੀ ਨੇ, ਬੜੇ ਜਵਾਨ ਨੇ, ਦੇਸ਼ ਦੇ ਬਹਾਦਰ ਨੇ, ਹਰ ਵੇਲੇ ਮਰਨ ਲਈ ਤਿਆਰ ਰਹਿੰਦੇ ਨੇ। ਬੁੱਢੇ ਮੁਸਲਮਾਨ ਦੀ ਗੱਲ ਸੁਣ ਕੇ ਭਗਤ ਸਿੰਘ ਨੇ ਆਖਿਆ, ਬਾਬਾ ਭਈ ਜੇ ਉਹ ਬਾਗੀ ਉਹ ਕਾਤਲ ਭਗਤ ਸਿੰਘ ਤੇਰੇ ਤਾਂਗੇ 'ਚ ਚੜ੍ਹੇ ਅਤੇ ਤੇਰੇ ਤਾਂਗੇ ਚੜ੍ਹ ਕੇ ਚਲਿਆ ਜਾਏ, ਸਰਕਾਰ ਨੂੰ ਲੱਗ ਜਾਏ ਪਤਾ, ਅਤੇ ਫਿਰ ਉਹਨੇ ਆਖਿਆ, ਲੱਗ ਜਾਏ ਪਤਾ ਤਾਂ ਫਿਰ ਕੀ ਆ? ਕਹਿੰਦਾ ਫਰਜ਼ ਕਰ ਜੇ ਪਤਾ ਨਾ ਲੱਗੇ ਬਾਬਾ, ਅਤੇ ਤੈਨੂੰ ਪਤਾ ਲੱਗ ਜਾਏ ਭਈ ਭਗਤ ਸਿੰਘ ਤਾਂਗੇ ਮੇਰੇ 'ਚ ਚੜ੍ਹਿਆ ਜਾਂਦਾ, ਅਤੇ ਤੂੰ ਭਗਤ ਸਿੰਘ ਨੂੰ ਫੜਾ ਕੇ 50,000 ਰੁਪਈਆ ਲੈ ਕੇ ਤੂੰ ਉਹਦੇ ਆਨੰਦ ਲੈ ਲੈਣਾ। ਬੁੱਢੇ ਮੁਸਲਮਾਨ ਨੇ ਘੋੜੇ ਦੀਆਂ ਵਾਗਾਂ ਖਿੱਚੀਆਂ, ਰੋਕ ਕੇ ਘੋੜਾ, ਕਹਿੰਦਾ ਉਹ ਬਾਬੂ ਸਿਰ ਘਸਿਆ ਮੇਰੇ ਤਾਂਗੇ 'ਚੋਂ ਥੱਲੇ ਉੱਤਰ ਜਾ। ਬੁੱਢੇ ਮੁਸਲਮਾਨ ਨੇ ਆਖਿਆ, ਬਾਬਾ ਗੱਲ ਕੀ ਆ? ਕਹਿੰਦਾ ਓਏ ਬਾਬੂ ਆ, ਮੈਂ ਉਸ ਦੇਸ਼ ਭਗਤ ਨੂੰ ਫੜਾ ਕੇ ਆਪਣੀਆਂ ਕੁਲਾਂ ਕਲੰਕਿਤ ਕਰ ਲਵਾਂ, ਓਏ ਮੇਰੇ ਤਾਂਗੇ 'ਚ ਭਗਸੋਂ ਚੜ੍ਹ ਕੇ ਕਿਤੇ ਚਲਿਆ ਜਾਏ, ਤੇਰੀ ਜ਼ਬਾਨ ਹੋ ਜਾਏ ਸੱਚ, ਮੈਨੂੰ ਸਰਕਾਰ ਪੁਰਜਾ ਪੁਰਜਾ ਕੱਟ ਦੇਵੇ, ਮੈਂ ਕਦੀ ਭਗਤ ਸਿੰਘ ਦਾ ਭੇਦ ਨਹੀਂ ਦਿਆਂਗਾ। ਇਹ ਨਹੀਂ ਪਤਾ ਵੀ ਜਿਹਦੇ ਨਾਲ ਮੈਂ ਗੱਲਾਂ ਕਰਦਾ ਜਾ ਰਿਹਾ ਇਹ ਦੀਵਾਲੀ ਦੇ ਦੀਵੇ ਬਾਲਣ ਵਾਲਾ ਇਹੋ ਹੀ ਆ ਪਤੰਦਰ ਜਿਹੜਾ ਮੇਰੇ ਤਾਂਗੇ ਵਿੱਚ ਚੜਿਆ ਜਾ ਰਿਹਾ। ਘੋੜਾ ਪਹੁੰਚ ਗਿਆ ਸਟੇਸ਼ਨ ਉੱਤੇ, ਭਗਤ ਸਿੰਘ ਤੇ ਦੁਰਗਾ ਦੇਵੀ ਉਤਰੇ ਨੇ, ਜਦੋਂ ਤਾਂਗੇ ਉੱਤੋਂ ਇੱਕ ਮੇਜ਼ ਪੋਸ਼ ਤੇ ਬੈਠੇ ਨੇ, ਮੰਗਵਾਈ ਹੈ ਚਾਹ ਦੇ 2 ਕੱਪ, ਇਹ ਚਾਹ ਛਕੰਡੇ ਹੋਏ ਨੇ। ਉਸ ਵੇਲੇ ਇੱਕ CID ਦਾ ਹੌਲਦਾਰ ਆਪਣੇ ਮਾਲਕ ਇੰਸਪੈਕਟਰ ਕੋਲੇ ਪਹੁੰਚਾ, ਕਹਿੰਦਾ ਜੀ ਤੁਹਾਡੇ ਆਉਣ ਤੋਂ ਪਹਿਲਾਂ ਜਿਹੜੀ ਟ੍ਰੇਨ ਗਈ ਹੈ ਨਾ ਇੱਥੋਂ ਚੱਲ ਕੇ, ਉਹਦੇ ਵਿੱਚ ਇੱਕ ਸਾਧਾਂ ਦਾ ਟੋਲਾ ਗਿਆ, ਉਹਨਾਂ ਦੇ ਕੋਲ ਚਿੱਪੀਆਂ, ਉਹਨਾਂ ਦੇ ਸਿਰ ਰਗੜੇ ਹੋਏ, ਉਹਨਾਂ ਦੇ ਭਗਵੇ ਕੱਪੜੇ, ਉਹ ਕਵਾਲੀਆਂ ਗਾਉਂਦੇ ਜਾਂਦੇ ਸਨ। ਕੀ ਡੈਰੀ ਦਿੱਤੀ ਉਸ ਹੌਲਦਾਰ ਨੇ ਆਪਣੇ ਮਾਲਕ ਇੰਸਪੈਕਟਰ ਪੁਲਿਸ ਨੂੰ, ਭਗਤ ਸਿੰਘ ਤੇ ਦੁਰਗਾ ਦੇਵੀ ਵੀ ਸੁਣ ਰਹੇ ਨੇ, ਔਰ ਉਹ ਇੰਸਪੈਕਟਰ ਆਪਣੇ ਨੂੰ ਹੌਲਦਾਰ CID ਐਵੇਂ ਡੈਰੀ ਦੇ ਰਿਹਾ ਸੀ। ਜੰਕਸ਼ਨ ਲਾਹੌਰ ਤੋਂ ਤੁਰੀ ਟਰੇਨ ਸੀ, ਸਾਧੂਆਂ ਚਲਾਤੀ ਗੱਲਾਂ ਦੀ ਬਰੇਨ ਸੀ, ਉਹ ਵੇਖਣਾ ਸਮੇਂ ਦੀ ਜਿੰਨਾ ਰਫਤਾਰ ਨੂੰ, ਆਵਾ ਜਿੰਨ ਜਾਣਾ ਹਰੀ ਕੇ ਦੁਆਰ ਨੂੰ। ਜੰਕਸ਼ਨ ਲਾਹੌਰ ਤੋਂ ਤੁਰੀ ਟਰੇਨ ਸੀ, ਸਾਧੂਆਂ ਚਲਾਤੀ ਗੱਲਾਂ ਦੀ ਬਰੇਨ ਸੀ, ਉਹ ਵੇਖਣਾ ਸਮੇਂ ਦੀ ਜਿੰਨਾ ਰਫਤਾਰ ਨੂੰ, ਆਵਾ ਜਿੰਨ ਜਾਣਾ ਹਰੀ ਕੇ ਦੁਆਰ ਨੂੰ। ਹੱਡਿਆਂ ਦੇ ਉੱਪਰ ਟਕਾਈਆਂ ਚਿੱਪੀਆਂ,
ਭਾ ਤੋਂ ਬਾਅਦ ਬੋਲਦੇ ਸੀ ਹਿੰਦੀ ਲਿਪੀਆਂ ਪ੍ਰਭੂ ਦੇ ਜਿੰਨਾ ਨੇ ਦਦਾਰ ਨੂੰ ਜਾਣਾ ਹਰੀ ਕੇ ਦੁਆਰ ਨੂੰ ਆਖਦੇ ਸੀ ਮੌਜ ਐ ਫਕੀਰੀ ਬਾਣੇ ਚ ਲੱਗਦਾ ਨੀ ਚਿਰ ਹਰ ਦੁਆਰ ਜਾਣੇ ਚ ਸਾਰੂ ਬਣੇ ਛੱਡ ਕੇ ਵਿਖੇ ਵਕਾਰ ਨੂੰ ਪ੍ਰਭੂ ਮਿਲਣੇ ਦੀ ਜੁਗਤੀ ਬਤਾ ਦੀਏ ਪੂਰਾ ਜਿੰਨੇ ਗਾਲ ਛੋਰਿਆਂ ਦੇ ਹਾਰ ਨੂੰ ਆਵਾ ਜਿੰਨ ਜਾਣਾ ਹਰੀ ਕੇ ਦੁਆਰ ਨੂੰ ਖੁਸ਼ੀਆਂ ਦੇ ਵਿੱਚ ਬੋਲਣ ਕਵਾਲੀਆਂ ਸੁਖ ਲੈਣ ਰੱਬ ਕਰ ਦੇ ਸਵਾਲੀਆਂ ਰਾਮ ਨਾਮ ਵਾਲੀ ਲੁੱਟੀਏ ਬਹਾਰ ਨੂੰ ਰਾਮ ਨਾਮ ਵਾਲੀ ਲੁੱਟੀਏ ਬਹਾਰ ਨੂੰ ਆਵਾ ਜਿੰਨ ਜਾਣਾ ਹਰੀ ਕੇ ਦੁਆਰ ਨੂੰ ਸੱਜ ਜਾਣੋ ਐਵੇਂ ਮੇਲੇ ਦੀ ਨੀ ਮੱਖਣੀ ਜਾਣ ਪੈਂਦੀ ਐ ਸਕੰਜੇ ਵਿੱਚ ਰੱਖਣੀ ਪ੍ਰੇਮ ਸੇ ਮਨਾ ਲੋ ਰੁੱਸੇ ਦਿਲਦਾਰ ਨੂੰ ਆਵਾ ਜਿੰਨ ਜਾਣਾ ਹਰੀ ਕੇ ਦੁਆਰ ਨੂੰ ਰਾਜਗੁਰੂ ਸਾਰਿਆਂ ਦਾ ਸਿਰ ਤਾਜ ਸੀ ਜਿੰਨਾ ਮੂਰੇ ਹਿੰਦ ਦੇ ਅਨੇਕਾਂ ਕਾਜ ਸੀ ਗੋਰੀ ਸਰਕਾਰ ਨੂੰ ਆਵਾ ਜਿੰਨ ਜਾਣਾ ਹਰੀ ਕੇ ਦੁਆਰ ਨੂੰ ਇਹ ਸਾਧੂਆਂ ਦਾ ਟੋਲਾ ਰਾਜਗੁਰੂ ਦੀ ਸਿਕਰਦੀ ਵਿੱਚ ਨਿਕਲਿਆ ਸੀ ਲਾਹੌਰ ਤੋਂ ਜਿਸ ਵੇਲੇ ਭਗਤ ਸਿੰਘ ਤੇ ਦੁਰਗਾ ਦੇਵੀ ਲਾਹੌਰ ਦੇ ਸਟੇਸ਼ਨ ਤੋਂ ਗੱਡੀ 'ਚ ਸਵਾਰ ਹੋਏ ਅੰਮ੍ਰਿਤਸਰ ਪਹੁੰਚੀ ਗੱਡੀ ਦੁਰਗਾ ਦੇਵੀ ਭਗਤ ਸਿੰਘ ਨੂੰ ਅੰਮ੍ਰਿਤਸਰ 'ਚੋਂ ਕੱਢ ਕੇ ਦਿੱਲੀ ਦੀ ਟਿਕਟ ਲੈ ਕੇ ਦੇ ਕੇ ਗੱਡੀ ਵਿੱਚ ਬਿਠਾ ਕੇ ਵਾਪਸ ਮੁੜੀ ਹੈ ਲਾਹੌਰ ਦੇ ਪਲੇਟਫਾਰਮ 'ਤੇ ਜਾ ਕੇ ਉਤਰੀ ਇਸਨੇ ਸਭ ਤੋਂ ਪਹਿਲਾਂ ਸਾਹਮਣੇ ਨਿਗਾਹ ਮਾਰੀ ਇੱਕ ਲਾਲ ਰੰਗ ਦੇ ਅੱਖਰਾਂ ਵਿੱਚ ਲਿਖਿਆ ਇਸ਼ਤਿਹਾਰ ਲੱਗਾ ਹੋਇਆ ਯਾਦ ਰਹੇ ਇਹ ਇਸ਼ਤਿਹਾਰ ਉਹੀ ਹੈ ਜਿਹੜਾ ਭਗਤ ਸਿੰਘ ਨੂੰ ਇਹਦੇ ਕਲਾਸ ਫੈਲੋ ਮਿੱਤਰ ਨੇ ਵਿਖਾਲ ਕੇ ਆਖਿਆ ਸੀ ਠੀਕ ਹੈ ਭਗਤ ਸਿੰਘ ਨੇ ਮਨਜ਼ੂਰੀ ਇਹਦੀ ਦਿੱਤੀ ਸੀ ਦੁਰਗਾ ਦੇਵੀ ਨੇ ਇਸ 'ਤੇ ਕੀ ਪੜਿਆ ਇਸ ਇਸ਼ਤਿਹਾਰ 'ਤੇ ਲਿਖਿਆ ਹੋਇਆ ਸੀ ਖੂਨ ਦਾ ਬਦਲਾ ਖੂਨ ਅੰਗਰੇਜ਼ੋ ਤੁਸਾਂ ਸਾਡਾ ਲਾਲਾ ਲਾਜਪਤ ਰਾਏ ਮਾਰਿਆ ਅਸੀਂ ਤੁਹਾਡਾ ਅਫਸਰ ਅੰਗਰੇਜ਼ ਮਾਰਿਆ ਐਦੋਂ ਅੱਗੇ ਜਿੰਨੇ ਸਾਡੇ ਮਾਰੋਗੇ ਅਸੀਂ ਉਹਨੇ ਤੁਹਾਡੇ ਮਾਰਾਂਗੇ ਕੀ ਮਜ਼ਮੂਨ ਸੀ ਇਸ ਇਸ਼ਤਿਹਾਰ ਦਾ ਜੋ ਸਾਰੇ ਲੋਕ ਪੜ੍ਹ ਰਹੇ ਸਨ ਇਉਂ ਬੇਨਤੀ ਕੀਤੀ ਜਾ ਰਹੀ ਇਹ ਪੱਕਾ ਸਮਝ ਲਵੋ ਹੁਣ ਨਹੀਂ ਹਿੰਦ ਤੇ ਕਾਬੂ ਪੈਣਾ ਅੱਗ ਭੜਕੀ ਇੰਡੀਆ ਚ ਨਹੀਂ ਆ ਯਾਦ ਹੋਏ ਬਿਨ ਰਹਿਣਾ ਤੁਸੀਂ ਨਹੀਂ ਰਹਿ ਸਕਦੇ ਜਿੰਨਾ ਮਰਜ਼ੀ ਕਰ ਲੋ ਚਾਰਾ ਅੰਗਰੇਜ਼ੋ ਕੂਜ ਕਰੋ ਛੱਡ ਦਿਓ ਹਿੰਦੁਸਤਾਨ ਹਮਾਰਾ ਬਗਲੋ ਚਟ ਕੱਪੜਿਓ ਬਗਲੋ ਚਟ ਕੱਪੜਿਓ ਵਿੱਚੋਂ ਦਿਲ ਤੁਸਾਂ ਦੇ ਕਾਲੇ ਹੱਥ ਮਾਲਾ ਫੇਰ ਰਹੇ ਵਿੱਚੋਂ ਚੋਰਾਂ ਵਾਲੇ ਚੱਲੇ ਤੁਰ ਜਾ ਹੁਣ ਤੇਰਾ ਨੀ ਚੰਗਾ ਵਿਰ ਤਾਰਾ ਅੰਗਰੇਜ਼ੋ ਕੂਜ ਕਰੋ ਛੱਡ ਦਿਓ ਹਿੰਦੁਸਤਾਨ ਹਮਾਰਾ ਹੰਸਾਂ ਦੇ ਬੁਰਕੇ ਚੋਂ ਵਿੱਚੋਂ ਜਾਰ ਹੋ ਗਿਓ ਕਾਗੋ ਦੁੱਧ ਪੀ ਕੇ ਇੰਡੀਆ ਦਾ ਫਿਰ ਵੀ ਡੰਗ ਮਾਰਦੇ ਨਾਗੋ ਤੁਹਾਨੂੰ ਚੈਲੰਜ ਕਰਦਾ ਤੁਹਾਨੂੰ ਚੈਲੰਜ ਕਰਦੇ ਹੋ ਗਿਆ ਪੱਲਾ ਆਜ਼ਾਦੀ ਬਾਰਾ ਅੰਗਰੇਜ਼ੋ ਕੂਚ ਕਰੋ ਛੱਡ ਦਿਓ ਹਿੰਦੁਸਤਾਨ ਹਮਾਰਾ ਲੋੜ ਤੁਸਾਂ ਦੀ ਨਹੀਂ ਜੋ ਸਭ ਪਰਤਾ ਤੇ ਦਾਸੀ ਛੱਡਣਾ ਨਹੀਂ ਗੋਰੇ ਨੂੰ ਸਾਰੇ ਇੱਕ ਮਨ ਕਹਿੰਦੇ ਜਾਸੀ ਵਿੱਚ ਕਿਸੇ ਭੁਲੇਖੇ ਦੇ ਲੋਕੀ ਖਾ ਨਹੀਂ ਸਕਦੇ ਪਾਰਾ ਅੰਗਰੇਜ਼ੋ ਕੂਜ ਕਰੋ ਛੱਡ ਦਿਓ ਹਿੰਦੁਸਤਾਨ ਹਮਾਰਾ ਤੁਸਾਂ ਲਾਲੇ ਲਾਜਪਤ ਨੂੰ ਲਾਲੇ ਲਾਜਪਤ ਨੂੰ ਡਾਂਗਾ ਮਾਰ ਮਾਰ ਕੇ ਮਾਰਾ ਕਪਤਾਨ ਮਾਰ ਕੇ ਤੇ ਅਸਾਂ ਨੇ ਕਰਜ਼ਾ ਸਿਰੋਂ ਉਤਾਰਾ ਆਜ਼ਾਦੀ ਲਈ ਰਾਂਝੇ ਛੱਡਿਆ ਤਖਤ ਹੁਜਾਰਾ ਅੰਗਰੇਜ਼ੋ ਕੂਚ ਕਰੋ ਛੱਡ ਦਿਓ
ਸਤਾਰ ਹਮਾਰਾ ਅਸੀਂ ਅਣਖ ਆਜ਼ਾਦੀ ਲਈ ਸੂਲੀ ਚੜਨਾ ਗੋਲੀ ਖਾਣੀ ਇੱਕ ਲਾਲੇ ਲਾਜਪਤ ਦੀ ਖਾਲੀ ਨਹੀਂ ਕੁਰਬਾਨੀ ਜਾਣੀ ਸਵਤੰਤਰ ਹਿੰਦ ਹੋਵੇ ਲਾਉਂਦੇ ਮਰਦੀ ਆਜ਼ਾਦੀ ਨਾਰਾ ਅੰਗਰੇਜ਼ ਕੂਚ ਕਰ ਛੱਡ ਦਿਓ ਹਿੰਦੁਸਤਾਨ ਹਮਾਰਾ ਇੰਡੀਆ ਦੇ ਮਾਲਕ ਦੀ ਰਹਿ ਗਈ ਤਾਜ ਮਹਲ ਨਿਸ਼ਾਨੀ ਹੋਰ ਗੱਲ ਮਕਾਉਣੀ ਹੁਣ ਗੱਲ ਮਕਾਉਣੀ ਲੈ ਜਾ ਅਮਲਾ ਫੀਲਾ ਸਾਰਾ ਅੰਗਰੇਜ਼ ਕੂਚ ਕਰੋ ਛੱਡ ਦਿਓ ਹਿੰਦੁਸਤਾਨ ਹਮਾਰਾ ਅਸੀਂ ਸਭ ਕੁਝ ਜਾਣ ਗਏ ਛੁਪੀਓ ਵਿੱਚ ਫੁੱਲਾਂ ਦੇ ਖਾਰੋ ਜੋਗੀ ਦੇ ਭਾਰਤ ਦਾ ਛੱਡ ਜਾ ਸਰੂਪਤੀਆਂ ਨਜ਼ਾਰਾ ਅੰਗਰੇਜ਼ ਕੂਚ ਕਰੋ ਛੱਡ ਦੇ ਹਿੰਦੁਸਤਾਨ ਹਮਾਰਾ ਅੰਗਰੇਜ਼ ਦੀ ਪੁਲਿਸ ਹੈਰਾਨ ਸੀ ਤੇ ਇਹ ਇਸ਼ਤਿਹਾਰ ਰਾਤੋ ਰਾਤ ਕੌਣ ਲਾ ਗਿਆ ਪੁਲਿਸ ਦੇ ਪਹਿਰੇ ਥਾਂ ਥਾਂ 'ਤੇ ਲੱਗੇ ਹੋਏ ਨੇ ਇਸ਼ਤਿਹਾਰ ਲਾਉਣ ਵਾਲੇ ਕਿੱਥੋਂ ਆਏ ਔਰ ਕੋਈ ਫੜਿਆ ਨਹੀਂ ਜਾ ਸਕਿਆ ਇੱਧਰ ਭਗਤ ਸਿੰਘ ਨੇ ਦਿੱਲੀ ਪਹੁੰਚ ਕੇ ਝਾਂਸੀ ਦੀ ਟਿਕਟ ਲਈ ਹੈ ਪਲੇਟਫਾਰਮ ਉੱਤੇ ਚਾਦਰਾ ਤਾਣ ਕੇ ਭਗਤ ਸਿੰਘ ਸੁੱਤਾ ਪਿਆ ਇੱਕ ਅਖਬਾਰਾਂ ਵੇਚਣ ਵਾਲਾ ਆਇਆ ਇਸ ਨੇ ਸੁਰਖੀਆਂ ਪੜ੍ਹ ਕੇ ਇਉਂ ਸੁਣਾਉਣੀਆਂ ਸ਼ੁਰੂ ਕੀਤੀਆਂ ਇਹਨੇ ਆਖਿਆ ਲਾਹੌਰ DAV ਕਾਲਜ ਦੇ ਕੋਲ ਅੰਗਰੇਜ਼ ਅਫਸਰ ਸਾਂਢ ਰਸਤਾ ਦਿਨ ਦੀਵੀ ਕਤਲ ਇੱਕ ਪਿੱਛਾ ਕਰਦਾ ਚੰਨਣ ਸਿੰਘ ਨਾਮ ਦਾ ਹੈੱਡ ਕੰਸਟੇਬਲ ਮਾਰਿਆ ਗਿਆ ਭਗੌੜੇ ਨਸ ਗਏ ਨੇ ਕੋਈ ਪਕੜਿਆ ਨਹੀਂ ਜਾ ਸਕਿਆ ਇੱਕ ਲਾਲ ਰੰਗ ਦਾ ਇਸ਼ਤਿਹਾਰ ਲਾਹੌਰ ਦੇ ਬਾਜ਼ਾਰਾਂ ਵਿੱਚ ਲੱਗਾ ਹੋਇਆ ਜਿਸ 'ਤੇ ਲਿਖਿਆ ਕਿ ਖੂਨ ਦਾ ਬਦਲਾ ਖੂਨ ਨਾਲ ਲਿਆ ਜਾਏਗਾ ਜਿਸ 'ਤੇ ਲਿਖਿਆ ਇੱਕ ਦੇ ਅਸੀਂ 10 ਮਾਰਾਂਗੇ ਜਿਸ 'ਤੇ ਲਿਖਿਆ ਇਹ ਲਾਲੇ ਲਾਜਪਤ ਰਾਏ ਦੇ ਕਤਲ ਦਾ ਬਦਲਾ ਅਸੀਂ ਲੈ ਲਿਆ ਹੋਰ ਜਿੰਨੇ ਯੋਧੇ ਸਾਡੇ ਮਾਰੋਗੇ ਉਦੋਂ 10 ਗੁਣਾ ਤੁਹਾਡੇ ਬੰਦੇ ਅਸੀਂ ਮਾਰ ਦਿਆਂਗੇ ਹਿੰਦੁਸਤਾਨ ਦੀ ਕੌਂਸਲ ਵਿੱਚ ਪਬਲਿਕ ਸੇਫਟੀ ਐਕਟ ਬਿੱਲ ਆ ਰਿਹਾ ਜੇ ਉਹ ਪਾਸ ਹੋ ਗਿਆ ਹਿੰਦੁਸਤਾਨ ਦੀ ਆਜ਼ਾਦੀ ਦੀ ਗੱਲ ਕੋਈ ਬੰਦਾ ਸਟੇਜ 'ਤੇ ਖਲੋ ਕੇ ਨਹੀਂ ਕਰ ਸਕੇਗਾ ਜਿਹੜਾ ਬੰਦਾ ਹਿੰਦੁਸਤਾਨ ਦੀ ਆਜ਼ਾਦੀ ਵਾਸਤੇ ਗੱਲ ਕਰੇਗਾ ਸਟੇਜ 'ਤੇ ਲੈਕਚਰ ਦੇਵੇਗਾ ਅੰਗਰੇਜ਼ ਦੀ ਪੁਲਿਸ ਉਹਨੂੰ ਗੋਲੀ ਮਾਰ ਕੇ ਮਾਰਦਾ ਉਹਦਾ ਮੁਕੱਦਮਾ ਕਿਤੇ ਨਹੀਂ ਸੁਣਿਆ ਜਾਏਗਾ ਜਦੋਂ ਇਹ ਗੱਲ ਭਗਤ ਸਿੰਘ ਨੇ ਸੁਣੀ ਅਖਬਾਰਾਂ ਵੇਚਣ ਵਾਲੇ ਨੂੰ ਆਵਾਜ਼ ਮਾਰੀ ਹੈ ਇੱਕ ਅਖਬਾਰ ਖਰੀਦਿਆ ਆਪਣੇ ਟੈਚੀ ਵਿੱਚ ਬੰਦ ਕੀਤਾ ਝਾਂਸੀ ਨੂੰ ਆਉਣ ਵਾਲੀ ਗੱਡੀ 'ਤੇ ਭਗਤ ਸਿੰਘ ਸਵਾਰ ਹੋਇਆ ਗੱਡੀ ਮੰਜ਼ਲਾਂ ਮਾਰਦੀ ਝਾਂਸੀ ਸ਼ਹਿਰ ਜਾ ਪਹੁੰਚੀ ਹੈ ਭਗਤ ਸਿੰਘ ਉਤਰਿਆ ਇਹ ਪਹੁੰਚ ਗਿਆ ਰਾਣੀ ਝਾਂਸੀ ਦੇ ਕਿਲ੍ਹੇ ਵਿੱਚ ਇੱਕ ਨਵੇਕਲੇ ਕਮਰੇ ਵਿੱਚ 17-18 ਇਨਕਲਾਬੀ ਭਗਤ ਸਿੰਘ ਦਾ ਇੰਤਜ਼ਾਰ ਕਰ ਰਹੇ ਸਨ ਇਹਦੀ ਉਡੀਕ ਕਰ ਰਹੇ ਸਨ ਇੱਕ ਨੌਜਵਾਨ ਗੱਭਰੂ ਕੁਰਸੀ 'ਤੇ ਬੈਠਾ ਇਹ ਸਾਰੇ ਸਮਾਗਮ ਦੀ ਪ੍ਰਧਾਨਗੀ ਕਰ ਰਿਹਾ ਸੀ ਇਹਦਾ ਮੁੱਛ 'ਤੇ ਹੱਥ ਹੈ ਇਹਦੇ ਕਮਰ ਕੱਸੇ ਰਿਵਾਲਵਰ ਹੈ ਕਈ ਵੇ ਤੁਸੀਂ ਭਗਤ ਸਿੰਘ ਦਾ ਕੈਲੰਡਰ ਵੇਖਦੇ ਹੋ ਜਿਹੜਾ ਪੰਡਿਤ ਇੱਕ ਪਹਿਲਵਾਨ ਪੰਡਿਤ ਜਿਹਦੇ ਕਮਰ ਕੱਸੇ ਨਿੱਕਰ ਦੇ ਉੱਤੇ ਪਿਸਟਲ ਪਿਆ ਵੇਖਦੇ ਹੋ ਉਹਦੇ ਗਲਵੇ ਜੰਜੂ ਹੈ ਇਹ ਹੈ ਚੰਦਰ ਸ਼ੇਖਰ ਆਜ਼ਾਦ ਇਹ ਹੈ ਹਿੰਦੁਸਤਾਨ ਦੀ ਨੌਜਵਾਨ ਭਾਰਤ ਸਭਾ ਦਾ ਪ੍ਰੈਜੀਡੈਂਟ ਭਗਤ ਸਿੰਘ ਨੇ ਇਹਦੇ ਨਾਲ ਹੱਥ ਮਿਲਾਇਆ ਟੈਚੀ ਰੱਖਿਆ ਗੱਲਬਾਤ ਹੋਈ ਹੈ ਸਾਰੀਆਂ ਗੱਲਾਂ ਬਾਤਾਂ ਦੱਸਣ ਤੋਂ ਬਾਅਦ ਭਗਤ ਸਿੰਘ ਨੇ ਆਖਿਆ ਮਿੱਤਰੋ ਜਿਹੜੀਆਂ ਡਿਊਟੀਆਂ ਅੱਗੇ ਤੁਸੀਂ ਸਾਡੀਆਂ ਲਾਈਆਂ ਸੀ ਉਹ ਡਿਊਟੀਆਂ ਅਸੀਂ ਪੂਰੀਆਂ ਕਰ ਦਿੱਤੀਆਂ ਨੇ ਜਿੰਨੇ ਜਵਾਨਾਂ ਦੀਆਂ ਡਿਊਟੀਆਂ ਲੱਗੀਆਂ ਸੀ ਉਹ ਡਿਊਟੀਆਂ 'ਤੇ ਪੂਰੀਆਂ ਹੋ ਚੁੱਕੀਆਂ ਨੇ ਪਰ ਇੱਕ ਨਵੀਂ ਆਫਤ ਖੜੀ ਹੋਈ ਹੈ ਚੰਦਰ ਸ਼ੇਖਰ ਆਜ਼ਾਦ ਨੇ ਆਖਿਆ ਉਹ ਆਫਤ ਨਵੀਂ ਕਿਹੜੀ ਸਾਡੇ ਸਾਹਮਣੇ ਖੜੀ ਹੋਈ ਹੈ ਭਗਤ ਸਿੰਘ ਨੇ ਆਖਿਆ ਹਿੰਦੁਸਤਾਨ ਦੀ ਕੌਂਸਲ ਵਿੱਚ ਪਬਲਿਕ ਸੇਫਟੀ ਐਕਟ ਬਿੱਲ ਜੇ ਪਾਸ ਹੋ ਗਿਆ ਹਿੰਦੁਸਤਾਨ ਦਾ ਕੋਈ ਬੰਦਾ ਆਜ਼ਾਦੀ ਦੀ ਗੱਲ ਨਹੀਂ ਕਰ ਸਕੇਗਾ ਜਿਹੜਾ ਗੱਲ ਕਰੇਗਾ ਅੰਗਰੇਜ਼ ਦੀ ਪੁਲਿਸ ਗੋਲੀ ਮਾਰ ਕੇ ਮਾਰਦਾ ਉਹਦਾ ਮੁਕੱਦਮਾ ਕਿਤੇ ਨਹੀਂ ਸੁਣਿਆ ਜਾਏਗਾ ਚੰਦਰ ਸ਼ੇਖਰ ਆਜ਼ਾਦ ਨੇ ਮਾਰ ਕੇ ਮੇਜ 'ਤੇ ਮੁੱਕੀ ਆਖਿਆ ਉਹ ਬਿੱਲ ਜਿਸਨੇ ਸਾਨੂੰ ਆਜ਼ਾਦੀ ਦੀ ਗੱਲ ਕਰਨੋਂ ਰੋਕਣਾ ਉਹ ਪਾਸ ਹੋਣ ਤੋਂ ਰੋਕ ਦਿਆਂਗੇ ਚੰਦਰ ਸ਼ੇਖਰ ਆਜ਼ਾਦ ਨੇ
ਉਹਨਾਂ ਨੌਜਵਾਨਾਂ ਨੂੰ ਵੰਗਾਰਿਆ ਜਿਹੜੇ ਇਸ ਮੁਹਿੰਮ ਵਿੱਚ ਹਿੱਸਾ ਲੈਣਾ ਚਾਹੁੰਦੇ ਸਨ, ਜਿਹੜੇ ਬਿੱਲ ਪਾਸ ਹੋਣ ਤੋਂ ਰੋਕਣ ਵਾਸਤੇ ਆਪਣੇ ਆਪ ਨੂੰ ਪੇਸ਼ ਕਰਨਾ ਚਾਹੁੰਦੇ ਸਨ। ਚੰਦਰ ਸ਼ੇਖਰ ਆਜ਼ਾਦ ਨੇ ਆਪਣੇ ਸਾਥੀਆਂ ਨੂੰ ਮੁਖਾਤਬ ਕਰਕੇ ਹੇ ਐਂ ਆਖਿਆ, ਹਿੰਦ ਦੇ ਮਸ਼ਹੂਰ ਵਿੱਚ ਤਾਂ ਸ਼ਹਿਰ ਦੇ ਲੋਕਾਂ ਵੀ ਜੀ ਥਾਵੇਂ ਸੀ, ਜਿੱਥੇ ਆ ਕੇ ਹੈ ਸੀ ਨਿੱਤ ਬਾਗੀ ਠਹਿਰਦੇ ਤਾਰਿਆਂ ਦੀ ਛਾਵੇਂ ਸੀ। ਸਾਡੇ ਸਿਰ ਗੋਰ ਨਿੱਤ ਚਾਰ ਦੇ ਵਿੜੀ ਕਰ ਰੇ ਸ਼ਤਾਨੀਆਂ, ਕਰ ਲੋ ਆਜ਼ਾਦ ਹਿੰਦ ਸੋਨੇ ਦੀ ਚਿੜੀ ਮਾਰ ਕੇ ਜਵਾਨੀਆਂ। ਗੋਰਿਆਂ ਨੇ ਸਾਡੇ ਕੀਮਤੀ ਪਰਾਵਾਂ ਨੂੰ ਗੋਲੀਆਂ ਨਾ ਮਾਰਿਆ, ਸਾਨੂੰ ਲੁੱਟਣ ਦਾ ਸੋਚਦੇ ਨੇ ਦਾਵਾਂ ਨੂੰ ਭਲਾ ਨਹੀਂ ਗੁਜ਼ਾਰਿਆ। ਜਿੰਦੜਾਂ ਨੇ ਸਾਵਲੀ ਅਖੇਰਾਂ ਦੀ ਚਿੜੀ ਕਰ ਦੇ ਵਰਾਨੀਆਂ, ਕਰ ਲੋ ਆਜ਼ਾਦ ਹਿੰਦ ਸੋਨੇ ਦੀ ਚਿੜੀ ਮਾਰ ਕੇ ਜਵਾਨੀਆਂ। ਤੇਰੇ ਸਾਮਰਾਜ ਵੈਰੀ ਸਾਡੀ ਰਾਤ ਰੇ ਭਲਾ ਨਹੀਂ ਗੁਜ਼ਾਰਦੇ, ਰੱਖੀਏ ਖਿਆਲ ਜੇ ਆਜ਼ਾਦ ਮਤ ਰੇ ਸਾਨੂੰ ਡੰਗ ਮਾਰ ਦੇ। ਹਰ ਰੰਗਲਾ ਪੰਜਾਬ ਦੀ ਬਹਾਰ ਨਾ ਖਿੜੀ, ਰੰਗਲੇ ਪੰਜਾਬ ਦੀ ਬਹਾਰ ਨਾ ਖਿੜੀ, ਲੁੱਟਾਂ ਨੇ ਬਗਾਨੀਆਂ, ਕਰ ਲੋ ਆਜ਼ਾਦ ਹਿੰਦ ਸੋਨੇ ਦੀ ਚਿੜੀ ਮਾਰ ਕੇ ਜਵਾਨੀਆਂ। ਦੇਸ਼ ਦੀ ਸ਼ਮਾ ਤੇ ਮੱਚਣਾ ਪਤੰਗ ਉਹ ਛਾਤੀਆਂ ਨੂੰ ਤਾਣ ਕੇ, ਸੂਲੀ ਉੱਤੇ ਚੜ੍ਹ ਨੂੰ ਕਦੇ ਨਾ ਸੰਗਿਓ ਵੇਰੇ ਨੂੰ ਪਛਾਣ ਕੇ। ਜਿਹੜੀ ਅੰਗਰੇਜ਼ ਕੌਮ ਫੇਰਦੀ ਤਿੜੀ ਦੇ ਦਿਓ ਨਿਸ਼ਾਨੀਆਂ, ਦੇ ਦਿਓ ਕੋਈ ਨਿਸ਼ਾਨੀਆਂ, ਕਰ ਲੋ ਆਜ਼ਾਦ ਹਿੰਦ ਸੋਨੇ ਦੀ ਚਿੜੀ ਮਾਰ ਕੇ ਜਵਾਨੀਆਂ। ਲਾਲਾਜਪਤ ਜੀ ਜਨਾਨ ਮਾਰਿਆ, ਲਾਲਾਜਪਤ ਜੀ ਜਨਾਨ ਮਾਰਿਆ, ਗਾ ਹੁਕਮ ਚੱਲਿਆ ਅਸਾਂ ਕੱਲ ਪਾਣੀ ਦੁੱਧ ਚੋਂਦ ਤਾਰਿਆ ਆਪ ਰਾਹ ਮੱਲਿਆ। ਜਿਸ ਵੇਲੇ ਚੰਦਰ ਸ਼ੇਖਰ ਆਜ਼ਾਦ ਨੇ ਆਪਣੇ ਹਾਣੀਆਂ ਨੂੰ, ਆਪਣੇ ਹਮਦੋਲੀਆਂ ਨੂੰ, ਆਪਣੇ ਪਾਰਟੀ ਮੈਂਬਰਾਂ ਨੂੰ ਵੰਗਾਰਿਆ ਉਹ ਬਿੱਲ ਪਾਸ ਹੋਣ ਤੋਂ ਰੋਕਣਾ, ਪਰ ਕਿਹੜਾ ਕਿਹੜਾ ਜਵਾਨ ਜਾਊਗਾ? ਫਿਰ ਭਗਤ ਸਿੰਘ ਛਾਲ ਮਾਰ ਕੇ ਉੱਠਿਆ, ਕਹਿੰਦਾ ਇਸ ਸੇਵਾ ਵਿੱਚ ਵੀ ਮੈਂ ਹਿੱਸਾ ਲੈਣਾ ਚਾਹੁੰਦਾ। ਚੰਦਰ ਸ਼ੇਖਰ ਆਜ਼ਾਦ ਨੇ ਆਖਿਆ, ਇਹ ਕੰਮ ਇਕੱਲੇ ਕੋਲੋਂ ਨਹੀਂ ਹੋ ਸਕਦਾ, ਇੱਕ ਜਵਾਨ ਹੋਰ ਵੀ ਚਾਹੀਦਾ। ਫਿਰ ਬੀ ਕੇ ਦੱਤ, ਬੰਗਾਲੀਆਂ ਦਾ ਮੁੰਡਾ, ਕਲਕੱਤੇ ਦੇ ਰਹਿਣ ਵਾਲਾ, ਇਹ ਉੱਠਿਆ। ਇਹਨੇ ਆਖਿਆ, ਮੈਂ ਭਗਤ ਸਿੰਘ ਦੀ ਮਦਦ ਕਰਾਂਗਾ। ਚੰਦਰ ਸ਼ੇਖਰ ਆਜ਼ਾਦ ਨੇ ਆਖਿਆ, ਮਿੱਤਰੋ ਇਹਦੇ ਵਾਸਤੇ ਦੋ ਵਿਜ਼ੀਟਰ ਪਾਸ ਚਾਹੀਦੇ ਨੇ। ਉਹ ਵਿਜ਼ੀਟਰ ਪਾਸ ਕੌਣ ਪੈਦਾ ਕਰੇਗਾ? ਉਹ ਪਾਸ ਤਾਂ ਬਣਨੇ ਨੇ ਜੇ ਕੋਈ ਪਾਰਲੀਮੈਂਟ ਦਾ ਮੈਂਬਰ ਦਖਸ਼ਤ ਕਰੇ, ਉੱਪਰ ਆਪਣੀ ਮੋਹਰ ਲਾਵੇ, ਉਹ ਲਿਖ ਦੇਵੇ ਕਿ ਇਹਨਾਂ ਬੰਦਿਆਂ ਨੂੰ ਮੈਂ ਜਾਣਦਾ, ਇਹਨਾਂ ਮੁੰਡਿਆਂ ਨੂੰ ਮੈਂ ਜਾਣਦਾ, ਇਹਨਾਂ ਤੋਂ ਹਿੰਦੁਸਤਾਨ ਦੀ ਕੌਂਸਲ ਨੂੰ ਕੋਈ ਖਤਰਾ ਨਹੀਂ, ਹਿੰਦੁਸਤਾਨ ਦੀ ਸਰਕਾਰ ਨੂੰ
ਇਹਨਾਂ ਕੋਲੋਂ ਕੋਈ ਖਤਰਾ ਨਹੀਂ ਤਾਂ ਪਾਸ ਬਣਨੇ ਨੇ। ਬੀ ਕੇ ਦੱਤ ਨੇ ਆਖਿਆ, ਇੱਕ ਕਾਂਗਰਸੀ ਮਿੱਤਰ ਮੇਰਾ ਯਾਰ ਹੈ, ਉਹਦਾ ਪਿਓ ਪਾਰਲੀਮੈਂਟ ਦਾ ਮੈਂਬਰ ਹੈ, ਮੈਂ ਉਹਦੇ ਨਾਲ ਜਾਵਾਂਗਾ, ਕਿਸੇ ਢੰਗ ਨਾਲ ਆਪਣੇ ਰਸੂਖ ਨਾਲ ਆਪਣੇ ਪਿਆਰ ਨਾਲ ਉਹਦੀ ਮੋਹਰ ਲਵਾ ਕੇ ਦੋ ਵਿਜੀਟਰ ਪਾਸ ਪੈਦਾ ਕਰਾਂਗਾ। ਪੜ੍ਹੇ ਲਿਖੇ ਸੱਜਣ ਜਾਣਦੇ ਨੇ ਵਿਜੀਟਰ ਦਾ ਅਰਥ ਹੈ ਪ੍ਰਾਹੁਣਾ। ਜਿਸ ਕੋਲ ਉਹ ਪਾਸ ਹੋਵੇ ਵਿਜੀਟਰ ਦਾ, ਉਹ ਕੌਂਸਲ ਹਾਲ ਵੇਖ ਤਾਂ ਸਕਦਾ, ਉਹ ਕਾਰਵਾਈ ਸੁਣ ਤੇ ਸਕਦਾ, ਪਰ ਉੱਥੇ ਖਿਆਲ ਨਹੀਂ ਦੇ ਸਕਦਾ, ਉੱਥੇ ਉਹ ਕਿਸੇ ਨੂੰ ਟੋਕ ਨਹੀਂ ਸਕਦਾ, ਉੱਥੇ ਕੋਈ ਉਹ ਗੱਲ ਨਹੀਂ ਕਰ ਸਕਦਾ। ਭਗਤ ਸਿੰਘ ਅਤੇ ਬੀ ਕੇ ਦੱਤ ਇਸ ਮਸਲੇ 'ਚ ਕਾਮਯਾਬ ਹੋਣ ਲਈ ਦੋਵੇਂ ਜਣੇ ਝਾਂਸੀਓਂ ਆਪਣੇ ਸਾਥੀਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਕੇ, ਲਾਲ ਸਲਾਮ ਬੁਲਾ ਕੇ ਇਹ ਇੱਥੋਂ ਤੁਰ ਪਏ ਨੇ। ਬੀ ਕੇ ਦੱਤ ਨੇ ਦੋ ਵਿਜੀਟਰ ਪਾਸ ਪੈਦਾ ਕੀਤੇ ਨੇ। ਦਿੱਲੀ ਦੇ ਪਾਰਲੀਮੈਂਟ ਹਾਊਸ ਵਿੱਚ ਅੱਜ ਪਬਲਿਕ ਸੇਫਟੀ ਐਕਟ ਬਿੱਲ ਆਉਣਾ, ਚਾਰ ਚੁਫੇਰੇ ਪੁਲਿਸ ਦਾ ਬੜਾ ਕਰੜਾ ਪਹਿਰਾ ਹੈ, ਕੋਈ ਵੀ ਬੰਦਾ ਤਲਾਸ਼ੀ ਦਿੱਤੀ ਤੋਂ ਬਿਨਾਂ ਅੱਗੇ ਨਹੀਂ ਜਾ ਸਕਦਾ। ਇਹ ਦੋਵੇਂ ਨੌਜਵਾਨ ਸ਼ਹਿਜ਼ਾਦੇ ਬਣੇ ਹੋਏ ਨੇ, ਇਹਨਾਂ ਕੋਲ ਵਿਜੀਟਰ ਪਾਸ ਨੇ, ਇਹਨਾਂ ਨੇ ਕੀਮਤੀ ਕੱਪੜੇ ਪਾਏ ਹੋਏ ਨੇ, ਆਏ ਨੇ ਗੇਟ ਕੀਪਰ ਦੇ ਕੋਲ, ਇਹਨਾਂ ਨੇ ਆਪਣੇ ਪਾਸ ਵਿਖਾਏ ਨੇ। ਗੇਟ ਕੀਪਰ ਨੇ ਪੜ੍ਹਿਆ ਕਿ ਇਹ ਸ਼ਹਿਜ਼ਾਦੇ ਨੇ, ਇਹਨਾਂ ਕੌਂਸਲ ਹਾਲ ਵੇਖਣਾ, ਸਰਕਾਰ ਨੂੰ ਇਹਨਾਂ ਤੋਂ ਕੋਈ ਖਤਰਾ ਨਹੀਂ, ਮੈਂ ਇਹਨਾਂ ਦੀ ਜ਼ਿੰਮੇਵਾਰੀ ਲੈ ਕੇ ਮੋਹਰ ਲਾ ਕੇ ਦਿੱਤੀ ਹੈ ਔਰ ਮੈਂ ਇਹਨਾਂ ਨੂੰ ਜਾਣਦਾ ਪਹਿਚਾਣਦਾ। ਭਗਤ ਸਿੰਘ ਅਤੇ ਵੀ ਕੇ ਦੱਤ ਕੌਂਸਲ ਹਾਲ ਵਿੱਚ ਪਹੁੰਚ ਗਏ ਨੇ, ਪਾਰਲੀਮੈਂਟ ਵਿੱਚ ਪਹੁੰਚ ਗਏ ਨੇ। ਆਇਆ ਸਪੀਕਰ, ਉਸਨੇ ਮਾਈਕ ਨੂੰ ਠਕੋਰਿਆ, ਕਹਿੰਦਾ ਓਏ ਮਿੱਤਰੋ ਪਾਰਲੀਮੈਂਟ ਦੇ ਮੈਂਬਰੋ, ਅੰਗਰੇਜ਼ ਦੇ ਰਾਜ ਵਿੱਚ ਸੂਰਜ ਨਹੀਂ ਡੁੱਬਦਾ ਪਰ ਚੰਦ ਕੁ ਮੁੰਡੇ ਉੱਠੇ ਨੇ ਜਿਹੜੇ ਅੰਗਰੇਜ਼ ਦੇ ਰਾਜ ਦਾ ਸੂਰਜ ਡੋਬਣ ਦਾ ਐਲਾਨ ਕਰਦੇ ਨੇ। ਅੰਗਰੇਜ਼ ਦਾ ਰਾਜ ਏਡਾ ਵੱਡਾ ਹੈ, ਏਡਾ ਤਗੜਾ ਹੈ, ਇਹਦੀਆਂ ਜੜ੍ਹਾਂ ਇੰਨੀਆਂ ਮਜ਼ਬੂਤ ਨੇ ਕੋਈ ਹਿਲਾ ਨਹੀਂ ਸਕਦਾ। ਓਏ ਮਿੱਤਰੋ, ਅੰਗਰੇਜ਼ ਦੀ ਸਰਕਾਰ ਇਹ ਪਾਸ ਕਰਨਾ ਚਾਹੁੰਦੀ ਹੈ ਕਿ ਜਿਹੜੇ ਬੰਦੇ ਆਜ਼ਾਦੀ ਦੀ ਗੱਲ ਕਰਨ, ਜੇ ਸਰਕਾਰ ਦੀ ਪੁਲਿਸ ਗੋਲੀ ਮਾਰ ਕੇ ਮਾਰਦਾ ਮੁਕੱਦਮਾ ਕਿਤੇ ਨਹੀਂ ਸੁਣਿਆ ਜਾਊਗਾ। ਜਿਹੜੇ ਇਹਦੇ ਹੱਕ ਵਿੱਚ ਨੇ ਉਹ ਬਾਹਾਂ ਖੜੀਆਂ ਕਰੋ। ਅਜੇ ਬਾਹਾਂ ਖੜੀਆਂ ਨਹੀਂ ਸੀ ਹੋਈਆਂ, ਭਗਤ ਸਿੰਘ ਨੇ ਆਖਿਆ ਇਨਕਲਾਬ, ਤੇ ਬੀ ਕੇ ਦੱਤ ਨੇ ਆਖਿਆ ਜਿੰਦਾਬਾਦ। ਫਿਰ ਇੱਕ ਚਲਾਇਆ ਬੰਬ ਜਿਹਦੇ ਨਾਲ ਸਰਕਾਰ ਦੇ ਥੰਮ ਛਿੜਕ ਗਏ। ਉਸ ਗੈਲਰੀ ਵਿੱਚ ਭਗਤ ਸਿੰਘ ਅਤੇ ਬੀ ਕੇ ਦੱਤ ਪਹੁੰਚੇ ਜਿੱਥੋਂ ਸੈਕਟਰੀ ਐਲਾਨ ਕਰ ਰਿਹਾ ਸੀ ਬਿੱਲ ਪਾਸ ਕਰਨ ਦਾ। ਜੋ ਕੁਛ ਬੀ ਕੇ ਦੱਤ ਅਤੇ ਭਗਤ ਸਿੰਘ ਨੇ ਉਸ ਗੈਲਰੀ ਵਿੱਚ ਖਲੋ ਕੇ ਐਲਾਨ ਕੀਤਾ, ਉਸ ਦਾ ਵੇਰਵਾ ਇਹ ਛੰਦ ਵਿੱਚ ਇਉਂ ਕੀਤਾ ਜਾ ਰਿਹਾ। ਜੋ ਚਾਹੁੰਦੇ ਹਨ ਰਾਜ ਹਿੰਦ ਦਾ ਚੱਲੇ ਅਮਨ ਅਮਾਨ, ਜੋ ਸਹਿਮਤੀ ਇਸ ਗੱਲ ਨਾਲ ਉਹ ਬਾਜੂ ਖੜੇ ਵਿਖਾਣਾ। ਉਹ ਜੀ ਕੌਂਸਲ ਦਾ ਅਜਲਾਸ ਬਿੱਲ ਲੱਗਿਆ ਕਰਨ ਜਾਂ ਪਾਸ, ਖੁਸ਼ ਸੀ ਗੋਰੇ ਦੇ ਦਾਸ ਪਰ ਪਚੇ ਖੁਸ਼ੀ ਦੇ ਜਾਮ ਨਹੀਂ, ਹੁਣ ਰਹਿਣਾ ਦੇਸ਼ ਗੁਲਾਮ ਨਹੀਂ। ਹੱਥ ਨਾ ਖੜੇ ਅਸੀਂ ਕੀਤੇ ਜਦ ਬੰਬ ਨੂੰ ਲੱਗੇ ਪਲੀ ਤੇ, ਕੱਲ ਦੇਸ਼ ਪੈਰੀਏ ਨੀਤੇ ਸੁਣੀ ਇਨਕਲਾਬ ਦੀ ਬੋਲੀ ਨੂੰ, ਸੋਚ ਤੇਰੀ ਟੋਲੀ ਨੂੰ। ਉਹ ਕਹਿੰਦਾ ਫਿਰ ਭਗਤ ਸਿੰਘ ਨੇ ਆਖਿਆ, ਅਸੀਂ ਖੁਦ ਹਾਂ ਮਾਲਕ ਰੱਖਿਆ, ਤੈਨੂੰ ਦੱਸਦੇ ਹਾਂ ਇਹ ਭਾਖਿਆ, ਅਸੀਂ ਕਰਨ ਨਹੀਂ ਤੈਨੂੰ ਸਲਾਮ ਨਹੀਂ, ਹੁਣ ਰਹਿਣਾ ਦੇਸ਼ ਗੁਲਾਮ ਨਹੀਂ। ਕਰ ਛੱਡਿਆ ਤੁਸਾਂ ਹਨੇਰਾ, ਹੈ ਲੁੱਟਿਆ ਦੇਸ਼ ਬਥੇਰਾ, ਜੋ ਸਾਨੂੰ ਆਜ਼ਾਦੀ ਸੇਰਾ, ਕਿਉਂ ਭਾਰਤ ਮਾਰੀ ਬੋਲੀ ਨੂੰ, ਕਿਉਂ ਸੋਗ ਲਟੇਰੀ ਟੋਲੀ ਨੂੰ। ਮੈਨੂੰ ਦੇਸ਼ ਗੋਰਿਆ ਕੱਢਣਾ, ਅਸਾਂ ਸੰਗਲ ਗੁਲਾਮੀ ਵੱਢਣਾ, ਚੰਡਾ ਹਿੰਦ ਵਿੱਚ ਕੌਮੀ ਗੱਡਣਾ, ਤੈਨੂੰ ਚਾਹੁੰਦੇ ਸ਼ਹਿਰ ਗ੍ਰਾਮ ਨਹੀਂ, ਹੁਣ ਰਹਿਣਾ ਦੇਸ਼ ਗੁਲਾਮ ਨਹੀਂ। ਓ ਦਿਲ ਗੋਰਿਆਂ ਦੇ ਧੜਕਣ, ਓ ਦਿਲ ਗੋਰਿਆਂ ਦੇ ਧੜਕਣ, ਦੋਸ਼ੇ ਹਾਲ ਵਿੱਚ ਫੜਕਣ, ਨਾ ਗੋਰੇ ਕਬੂਤਰ ਫੜਕਣ, ਜਿਵੇਂ ਪੈ ਗਿਆ ਬਾਜੂ ਬੋਲੀ ਨੂੰ, ਨਾ ਸੋਚ ਲਟੇਰੀ ਟੋਲੀ ਨੂੰ। ਓ ਭਾਈ ਹੋ ਗਏ ਕਾਬਰ ਰਾਜੇ ਰਾਣੇ, ਰੱਬਾ ਕੀ ਵਰਤਾ ਤੇ ਪਾਣੇ, ਬਾਜੀ ਹਰੂ ਪਏ ਤਿੰਨ ਕਾਣੇ, ਜਾਣੀ ਗੱਡੀ ਪਟੜੀਓ ਲਾਮ ਨਹੀਂ, ਹੁਣ ਰਹਿਣਾ ਦੇਸ਼ ਗੁਲਾਮ ਨਹੀਂ। ਬਸ ਛੇਲ ਬਾਜ ਜੂ ਤੱਕ ਕੇ, ਜਿਵੇਂ ਮਿਰਗ ਸ਼ੇਰ ਤੂੰ ਚੱਕ ਕੇ, ਫੁੱਟ ਮਾਲਕ ਚੋਰ ਨੂੰ ਡੱਕ ਕੇ, ਰੰਗ ਮਿਲ ਪਹੀਰ ਦੀ ਡੋਲੀ ਨੂੰ, ਰਾ ਸੋਗ ਡੇਰੀ ਡੋਲੀ ਨੂੰ। ਇਹਦੇ ਵਿੱਚੋਂ ਗੋਰਿਆ ਚੱਲੋ, ਹੁਣ ਰਾ ਲੰਡਨ ਦਾ ਮੱਲੋ, ਸਾਡਾ ਖੂਨ ਵਲੈਦ ਨਾ ਕੱਲੋ, ਲਵੋ ਸੋਚ ਗੱਲਾਂ ਇਹ ਖਾਮ ਨਹੀਂ।
ਹੁਣ ਰਹਿਣਾ ਦੇਸ ਗੁਲਾਮ ਨਹੀਂ। ਕਈ ਲਾਲ ਲਾਜਪਤ ਵਰਗੇ, ਕਈ ਲਾਲ ਲਾਜਪਤ ਵਰਗੇ ਜੋ ਨਾਮ ਨੂੰ ਰੋਸ਼ਨ ਕਰ ਗਏ, ਕਈ ਗੱਡੀਆਂ ਥੱਲੇ ਮਰ ਗਏ। ਗੱਲ ਸੁਣ ਪਈ ਬੁਲਬੁਲ ਬੋਲੀ ਨੂੰ, ਸੋਗ ਲਟੇਰੀ ਟੋਲੀ ਨੂੰ। ਉਹ ਭਾਈਓ ਬਿੱਲ ਪਾਸ ਹੋਣ ਤੋਂ ਰੁਕ ਗਿਆ ਸੀ, ਖੂਨ ਕਈਆਂ ਦਾ ਸੁੱਕ ਗਿਆ। ਜਦ ਧੂੰਆਂ ਹਾਊਸ ਚੋਂ ਮੁੱਕ ਗਿਆ, ਛੁਪ ਰਹੇ ਲਛਮਣ ਰਾਮ ਨਹੀਂ, ਹੁਣ ਰਹਿਣਾ ਦੇਸ ਗੁਲਾਮ ਨਹੀਂ। ਪੁਲਿਸ ਦੀਆਂ ਖੜੀਆਂ, ਪੁਲਿਸ ਦੀਆਂ ਖੜੀਆਂ, ਇਹਨੇ ਮਾਰ ਲਵੋ ਹੱਥ ਕੜੀਆਂ। ਜਦ ਜੋਗੀ ਰਿਪੋਰਟਾਂ ਪੜੀਆਂ, ਕਿਆ ਗੁਰਮੁਖ ਨੇ ਹਮਜੋਲੀ ਨੂੰ, ਕਿਆ ਸੋਗ ਲਟੇਰੀ ਟੋਲੀ ਨੂੰ। ਇਹ ਗੱਲ 8 ਅਪ੍ਰੈਲ 1929 ਦੀ ਹੈ, ਜਦੋਂ ਭਗਤ ਸਿੰਘ ਤੇ ਵੀ ਕੇ ਦੱਤ ਨੇ ਹਿੰਦੁਸਤਾਨ ਦੇ ਪਾਰਲੀਮੈਂਟ ਹਾਊਸ ਵਿੱਚ ਬੰਬ ਮਾਰ ਕੇ ਅੰਗਰੇਜ਼ ਦਿਆਂ ਬੋਲਿਆਂ ਕੰਨਾਂ ਤੱਕ, ਸਰਕਾਰ ਦਿਆਂ ਬੋਲਿਆਂ ਕੰਨਾਂ ਤੱਕ ਇਹ ਗੱਲ ਪਹੁੰਚਾਈ ਸੀ ਕਿ ਹਿੰਦੁਸਤਾਨ ਦੇ ਲੋਕ ਆਜ਼ਾਦੀ ਚਾਹੁੰਦੇ ਨੇ। ਗ੍ਰਿਫਤਾਰ ਕਰਕੇ ਭਗਤ ਸਿੰਘ ਤੇ ਵੀ ਕੇ ਦੱਤ ਨੂੰ ਲਾਹੌਰ ਦੀ ਸੈਂਟਰਲ ਜੇਲ੍ਹ ਵਿੱਚ ਪਹੁੰਚਾਇਆ ਗਿਆ। ਹੋਰ ਵੀ ਬਹੁਤ ਸਾਰੇ ਇਨਕਲਾਬੀ ਮਿੱਤਰ ਗ੍ਰਿਫਤਾਰ ਕੀਤੇ ਗਏ। ਕਈਆਂ ਥਾਵਾਂ ਤੋਂ ਬੰਬਾਂ ਦੀਆਂ ਫੈਕਟਰੀਆਂ ਵੀ ਫੜੀਆਂ ਗਈਆਂ। ਭਗਤ ਸਿੰਘ ਤੇ ਵੀ ਕੇ ਦੱਤ ਲਾਹੌਰ ਦੀ ਸੈਂਟਰਲ ਜੇਲ੍ਹ ਵਿੱਚ ਰਹਿ ਰਹੇ ਸਨ। ਜੈਤਿੰਦਰ ਨਾਥ ਸਨਿਆਲ ਇੱਥੇ ਭੁੱਖ ਹੜਤਾਲ ਵਿੱਚ 40 ਦਿਨ ਦੀ ਭੁੱਖ ਹੜਤਾਲ ਤੋਂ ਬਾਅਦ ਸ਼ਹੀਦੀ ਪਾ ਗਿਆ। ਹਾਹਾਕਾਰ ਮੱਚੀ ਹੋਈ ਸੀ ਪੰਜਾਬ ਵਿੱਚ ਉਹਨਾਂ ਦਿਨਾਂ ਵਿੱਚ। ਸੰਤ ਬਾਬਾ ਰਣਧੀਰ ਸਿੰਘ, ਜੋ ਕਾਮਾ ਗਾਟਾ ਮਾਰੂ ਜਹਾਜ਼ ਵਾਲਿਆਂ ਦਾ ਹੈੱਡ ਗ੍ਰੰਥੀ ਸੀ, ਇਹ ਮੁਲਤਾਨ ਦੀ ਜੇਲ੍ਹ ਵਿੱਚੋਂ ਬਦਲ ਕੇ ਜਦੋਂ ਲਾਹੌਰ ਦੀ ਸੈਂਟਰਲ ਜੇਲ੍ਹ ਵਿੱਚ ਆਇਆ, ਬਾਬਾ ਝੂੜ ਸਿੰਘ ਜਿਹੜਾ ਕੈਦੀਆਂ ਨੂੰ ਦੁੱਧ ਵੰਡਿਆ ਕਰਦਾ ਸੀ, ਭਗਤ ਸਿੰਘ ਦੇ ਕੋਲ ਆਇਆ, ਦੁੱਧ ਦੇ ਕੇ ਭਗਤ ਸਿੰਘ ਨੂੰ ਇਹਨੇ ਆਖਿਆ, ਉਹ ਭਗਤ ਸਿੰਘ ਅੱਜ ਹੋਰ ਇੱਕ ਬੜਾ ਇਨਕਲਾਬੀ ਬਾਬਾ ਇਸ ਜੇਲ੍ਹ ਵਿੱਚ ਆਇਆ। ਉਹਨੇ ਆਖਿਆ, ਬਾਬਾ ਉਹ ਕੌਣ? ਉਹਨੇ ਆਖਿਆ, ਸੰਤ ਬਾਬਾ ਰਣਧੀਰ ਸਿੰਘ, ਕਾਮਾ ਗਾਟਾ ਮਾਰੂ ਜਹਾਜ਼ ਵਾਲੇ ਗਦਰੀ ਬਾਬਿਆਂ ਦਾ ਜਿਹੜਾ ਹੈੱਡ ਗ੍ਰੰਥੀ ਹੈ, ਇੱਥੇ ਆ ਗਿਆ। ਬਾਬਾ ਫਿਰ ਮੈਨੂੰ ਮਿਲਾਵੇਂਗਾ ਉਸ ਬਾਬੇ ਨਾਲ। ਬਾਬੇ ਝੂੜ ਸਿੰਘ ਨੇ ਆਖਿਆ, ਅੱਜ 4 ਵਜੇ ਤੇਰੇ ਨਾਲ ਮੁਲਾਕਾਤ ਕਰਾ ਦਿਆਂਗਾ। 4 ਵਜ ਗਏ ਨੇ, ਬਾਬਾ ਸੰਤ ਬਾਬਾ ਰਣਧੀਰ ਸਿੰਘ ਜੀ ਭਗਤ ਸਿੰਘ ਦੇ ਸਾਹਮਣੇ ਖਲੋਤਾ, 7 ਫੁੱਟ ਦਾ ਜਵਾਨ, ਨੀਲਾ ਬਾਣਾ ਇਸਦਾ। ਸਰਦਾਰ ਭਗਤ ਸਿੰਘ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ। ਬਾਬੇ ਰਣਧੀਰ ਸਿੰਘ ਨੇ ਆਖਿਆ, ਭਗਤ ਸਿੰਘ ਆ, ਤੁਹਾਡੀ ਪਾਰਟੀ ਦਾ ਮੈਨੀਫੈਸਟੋ ਕੀ ਹੈ, ਤੁਹਾਡੀ ਪਾਰਟੀ ਦਾ ਪ੍ਰੋਗਰਾਮ ਕੀ ਹੈ, ਔਰ ਤੇਰੇ ਮਨ ਦੀ ਹੁਣ ਤਮੰਨਾ ਕੀ ਹੈ? ਸਰਦਾਰ ਭਗਤ ਸਿੰਘ ਬਾਬਾ ਰਣਧੀਰ ਸਿੰਘ ਦੇ ਸਾਹਮਣੇ ਆਪਣੇ ਮਨ ਦੀ ਤਮੰਨਾ ਐਵੇਂ ਰੱਖ ਲਿਆ। ਜਦ ਪੁੱਛਿਆ ਬਾਬੇ ਨੇ, ਦੱਸ ਤੂੰ ਭਗਤ ਸਿੰਘ ਕੀ ਚਾਹੁੰਦੇ, ਕੀ ਪੜਦਾ ਰਹਿਣਾ ਏ, ਕੀਦੇ ਗੀਤ ਸਰਾ ਤੂੰ ਗਾਉਣੇ। ਮੈਨੂੰ ਦਿਸਦੇ ਬਾਬਾ ਜੀ ਜਿਹੜੇ ਵਰਤ ਲੱਗੇ ਪਾਣੇ, ਮੈਂ ਫਾਂਸੀ ਚੜ ਜਾਵਾਂ, ਮੇਰਾ ਦੇਸ਼ ਆਜ਼ਾਦੀ ਮਾਣੇ। ਮੈਂ ਹਰਦਮ ਚਾਹੁੰਦਾ ਹਾਂ ਮੇਰੀ ਹੋਵੇ ਹੁਣੀ ਨਾਲ ਸ਼ਾਦੀ, ਪਰ ਤੁਰ ਜਾ ਇੰਡੀਆ ਤੋਂ ਜਿਸਨੇ ਕਿਸਮਤ ਸਾਡੀ ਖਾਧੀ। ਨਿਊ ਲੈਂਡ ਨਜ਼ਰ ਆਵੇ ਹੋਣ ਬਦਲੀ ਸਾਜ ਪੁਰਾਣੇ, ਮੈਂ ਫਾਂਸੀ ਚੜ ਜਾਵਾਂ, ਮੇਰਾ ਦੇਸ਼ ਆਜ਼ਾਦੀ ਮਾਣੇ। ਵਿੱਚ ਝੰਗ ਸਿਆਲਾਂ ਵਾਲੇ ਰਾਂਝੇ ਲਾਉਣ ਖੁਸ਼ੀ ਦੀਆਂ ਟਾਰਾਂ, ਨੱਚਣ ਵਿੱਚ ਗਿੱਧਿਆਂ ਵਾਲੇ ਮੇਰੇ ਦੇਸ਼ ਦੀਆਂ ਮੁਟਿਆਰਾਂ। ਅੱਜ ਸੱਜ ਵੀ ਆਈਆਂ ਨੂੰ, ਅੱਜ ਸੱਜ ਵੀ ਆਈਆਂ ਨੂੰ ਦਿਸਦੇ ਭੁੱਲੇ ਖੁਸ਼ੀ ਦੇ ਗਾਣੇ, ਮੈਂ ਫਾਂਸੀ ਚੜ ਜਾਵਾਂ, ਮੇਰਾ ਵਤਨ ਆਜ਼ਾਦੀ ਮਾਣੇ। ਇਨਸਾਫ ਦੇ ਦਫ਼ਤਰ ਚ ਵੇਖੀ ਅੱਗ ਕਹਿਰ ਦੀ ਬਲਦੀ, ਨਿੱਤ ਜ਼ੁਲਮ ਕਮਾਉਂਦੀ ਹੈ ਟੋਲੀ ਨਹੀਂ ਬਲੇਸ਼ੀ ਟਲਦੀ। ਗੋਲੀਆਂ ਨਾਲ ਟੁੱਟਦੇ ਹੁਸਨ ਬਿਰਸ਼ ਦੇ ਟਾਹਣੇ, ਮੈਂ ਫਾਂਸੀ ਚੜ ਜਾਵਾਂ, ਮੇਰਾ ਦੇਸ਼ ਆਜ਼ਾਦੀ ਮਾਣੇ। ਵਾਸੀ ਰੋਂਦੇ ਜੋ ਮੇਰੇ ਆਜ਼ਾਦੀ ਖੁਸ਼ ਹੋ ਹੱਸਣ, ਪਤਲੇ ਕਿਸੇ ਦੀ ਨਾ ਭੁੱਖ ਤੇ ਦੁੱਖ ਦੇਸ਼ ਤੋਂ ਨੱਸਣ। ਮੇਰੇ ਦੇਸ਼ ਦਾ ਰਾਜ ਹੋਵੇ, ਵਿਗੜੇ ਸੁਲਝਣ ਪਿਆਟੇ ਤਾਣੇ, ਮੈਂ ਫਾਂਸੀ ਚੜ ਜਾਵਾਂ, ਮੇਰਾ ਵਤਨ ਆਜ਼ਾਦੀ ਮਾਣੇ। ਕੌਮੀ ਪਰਵਾਨੇ ਜੋ, ਕੌਮੀ ਪਰਵਾਨੇ ਜੋ ਆਉਂਦੇ ਸਦਾ ਜ਼ੁਲਮ ਨੂੰ ਵਰਜਣ, ਮੱਝ ਸ਼ਮਾ ਦੇਸ਼ ਦੀ ਤੇ ਸਾਨੂੰ ਦੱਸ ਗਏ ਸਤਿਗੁਰ ਅਰਜਣ। ਆਹੋ
ਨਹੀਂ ਅੱਖਾਂ ਤੇ ਬਹਿੰਦੀ। ਕੋਈ ਭੁੱਖਾ ਸੋਵੇ ਨਾ, ਹਰ ਕੋਈ ਰੱਜ ਕੇ ਖਾਵੇ ਖਾਣੇ, ਮੈਂ ਫਾਂਸੀ ਚੜ ਜਾਵਾਂ, ਮੇਰਾ ਦੇਸ਼ ਆਜ਼ਾਦੀ ਮਾਣੇ। ਮਹਿਮਾਨ ਦੇ ਪਾਊਡਰ ਲਈ ਪੈਸਾ ਮੇਰੇ ਦੇਸ਼ ਚੋਂ ਜਾਂਦਾ, ਉਹ ਰਹੇ ਹਮੇਸ਼ਾ ਨਾ ਜਿਹੜਾ ਹੱਕ ਕਿਸੇ ਦਾ ਖਾਂਦਾ। ਸੱਚ ਹੋਈ। ਅੰਗਰੇਜ਼ ਅਫਸਰ ਦੀ ਅਦਾਲਤ ਵਿੱਚ ਸਰਦਾਰ ਭਗਤ ਸਿੰਘ ਅਤੇ ਇਹਦੇ ਸਾਥੀਆਂ ਨੂੰ ਪੇਸ਼ ਕੀਤਾ ਗਿਆ। ਸਰਦਾਰ ਭਗਤ ਸਿੰਘ ਨੇ ਜੱਜ ਦੇ ਸਾਹਮਣੇ ਇਹ ਖਾਹ ਜ਼ਾਹਰ ਕੀਤੀ ਕਿ ਮੈਨੂੰ ਉਮਰ ਕੈਦ ਦੀ ਬਜਾਏ ਸਜ਼ਾਏ ਮੌਤ ਦਿੱਤੀ ਜਾਏ ਤਾਂ ਠੀਕ ਹੈ। ਸਰਦਾਰ ਭਗਤ ਸਿੰਘ ਆਪਣੀ ਬਾਰਕ ਵਿੱਚ ਬੈਠਾ ਸੀ। ਬਾਬੇ ਚੂੜ ਸਿੰਘ ਨੇ ਆਣ ਕੇ ਆਖਿਆ, ਪੁੱਤਰਾ ਅੱਜ ਸ਼ਾਮ ਦੇ 7:30 ਵਜੇ ਤੈਨੂੰ ਫਾਹੇ ਲਾ ਦਿੱਤਾ ਜਾਣਾ। ਭਗਤ ਸਿੰਘ ਨੇ ਆਖਿਆ, ਬਾਬਾ ਇਹ ਮੇਰੇ ਵਾਸਤੇ ਅਨੋਖਾ ਪ੍ਰੋਗਰਾਮ ਕਿਉਂ? ਉਹਨੇ ਆਖਿਆ, ਪੁੱਤਰਾ ਤੇਰੇ ਪ੍ਰੋਗਰਾਮ ਵੀ ਵੱਖਰੇ ਨੇ ਔਰ ਤੈਨੂੰ ਲੋਕਾਂ ਨਾਲੋਂ ਵੱਖਰੇ ਟਾਈਮ ਫਾਇਆ ਲਾਇਆ ਜਾਏਗਾ। 1931 ਨੂੰ ਸ਼ਾਮ ਦੇ 7:30 ਵਜੇ ਸਰਦਾਰ ਭਗਤ ਸਿੰਘ ਅਤੇ ਇਹਦੇ ਸਾਥੀਆਂ ਨੂੰ ਫਾਹੇ ਲਾਉਣ ਦੀ ਤਿਆਰੀ ਕਰ ਦਿੱਤੀ ਗਈ। 1931 ਨੂੰ ਜਦੋਂ 7 ਸ਼ਾਮ ਦੇ ਵਜੇ ਮਹਾਂਮਾਰਚ 23 ਸੀ, ਅਫਸਰ ਫਿਰ ਜੇਲ੍ਹ ਦੇ ਭੱਜੇ। ਗੈਰਤ ਦੇ ਚੰਡੇ ਸੀ ਤਿੰਨੇ ਹਿੰਦ ਦੇ ਵੀਰ ਸਿਪਾਹੀ, ਜਿਸ ਪੰਧ ਦੇ ਪਾਂਧੀ ਸੀ ਸੀ ਉਹ ਮੰਜ਼ਲ ਨੇੜੇ ਆਈ। ਖੁਸ਼ੀਆਂ ਦੇ ਬਾਗਾਂ 'ਚੋਂ ਚੱਲੇ ਮਾਰ ਅਡਾਰੀ ਭੋਰੇ, ਬੰਨ ਗਾਨੇ ਸਗਨਾਂ ਦੇ ਸਿਹਰੇ ਸੂਰਮੇ ਤਿਆਰ ਪਰ ਤਿਆਰ ਹੋਏ ਨੇ। ਬਗਾਵਤ ਦੇ ਨਾਅਰੇ ਲਾਉਂਦਿਆਂ ਨੂੰ ਫਾਂਸੀ ਚੜਾ ਦਿੱਤਾ ਗਿਆ। 1931 ਨੂੰ ਸ਼ਾਮ ਦੇ 7 ਵਜੇ ਸੂਰਮਿਆਂ ਨੂੰ ਫਾਂਸੀ ਚੜਾ ਕੇ ਰਾਤ ਦੇ ਹਨੇਰੇ ਵਿੱਚ ਫਾਂਸੀ ਦੀਆਂ ਰੱਸੀਆਂ ਤੋਂ ਲਾਹ ਕੇ ਪਿਛਲੀ ਕੰਧ ਜੇਲ੍ਹ ਦੀ ਪਾੜ ਕੇ ਲਾਸ਼ਾਂ ਰੱਖ ਕੇ ਇੱਕ ਟਰੱਕ ਵਿੱਚ ਸਤਲੁਜ ਦੇ ਕੰਢੇ 'ਤੇ ਗੰਡਾ ਸਿੰਘ ਵਾਲੇ ਹੈਡ 'ਤੇ ਲਿਜਾ ਕੇ ਟੋਕਿਆਂ ਨਾਲ ਟੁੱਕ ਕੇ ਉੱਪਰ ਪੈਟਰੋਲ ਪਾ ਕੇ ਜਿਵੇਂ ਸਾੜਿਆ ਗਿਆ, ਜਿਵੇਂ ਇਹਨਾਂ ਨੂੰ ਛਪਾਉਣ ਦਾ ਯਤਨ ਕੀਤਾ ਗਿਆ। ਛੰਦ ਦਾ ਸਿਰ ਲੇਖ ਹੈ, ਭਾਰਤ ਦੇ 3 ਲਾਲ ਚਮਕਦੇ ਸੀ ਸਤਲੁਜ ਦੇ ਕੰਢੇ। ਤਿੰਨੇ ਸ਼ੇਰ ਚੜਾ ਕੇ ਫਾਂਸੀ ਜਦੋਂ ਜਲਾਦਾਂ ਲਾਏ, ਪਿੱਛੋਂ ਪਾੜੀ ਕੰਧ ਜੇਲ ਦੀ ਚਾਉਂਦੇ ਪਾਪ ਲੁਕਾਏ। ਸਭ ਤੋਂ ਪਹਿਲਾਂ ਟੋਕਿਆਂ ਦੇ ਨਾਲ ਹੱਥ ਪੈਰ ਸੀ ਛੰਡੇ, ਹੱਥ ਦੇ 3 ਲਾਲ ਚਮਕਦੇ ਸੀ ਸਤਲੁਜ ਦੇ ਕੰਢੇ। ਸਹਿਜੇ ਸਹਿਜੇ ਛੋਟਾ ਕਾਟੋ ਅਵਸਰ ਸੀ ਕਹਿੰਦਾ, ਮਾਤਾ ਦੀ ਵਿਰੋਧੀ ਕਰੇ ਤਿਆਰੀ ਜੋ ਸਾਡੇ ਗਲ ਪੈਂਦਾ। ਪਾਪੀ ਬੰਦਿਆ ਸਦਾ ਚੋਰੀਆਂ, ਪਾਪੀ ਬੰਦਿਆ ਸਦਾ ਚੋਰੀਆਂ, ਜਾਣੀਆਂ ਨਹੀਂ ਛਪਾਈਆਂ, ਸੂਰਜ ਦੇ ਡੁੱਬਣ ਦੇ ਪਿੱਛੋਂ ਹੋਣਗੀਆਂ ਰਿਸ਼ਨਾਈਆਂ। ਦੇਸ਼ ਭਗਤ ਕਈ ਫਿਰਨ ਪਾਲਦੇ ਲੋਕ ਭਗਤ ਦੀ ਚੱਕਣੀ, ਗੋਰੇ ਦੀ ਬੇਟੀ ਦੀ ਕਹਿੰਦੇ ਪੈੜੀ ਹੋ ਗਈ ਤੱਕਣੀ। ਯਾਰ ਗੋਰੇ ਦੇ ਖੁਸ਼ੀ ਮਨਾਉਂਦਾ ਸ਼ਗਨ ਖੁਸ਼ੀ ਦੇ ਮੰਡੇ, ਹੱਥ ਦੇ 3 ਲਾਲ ਚਮਕਦੇ ਸੀ ਸਤਲੁਜ ਦੇ ਕੰਢੇ। ਲੋਕਾਂ ਨੂੰ ਲੱਭਦੀ ਫਿਰਦੀ ਕੌਮ ਵਰਾਗਣ ਹੋ ਕੇ, ਭਾਰਤ ਮਾਤਾ ਪਿੱਟ ਰਹੀ ਸੀ ਲੋਕਾਂ ਕੋਲ ਖਲੋ ਕੇ। ਉਧਰ ਲੰਡਨ ਦੀਆਂ ਪਰੀਆਂ ਨੇ ਖੂਬ ਪੁਸ਼ਾਕਾਂ ਪਾਈਆਂ, ਸੂਰਜ ਦੇ ਡੁੱਬਣ ਦੇ ਪਿੱਛੋਂ ਹੋਣਗੀਆਂ ਰਿਸ਼ਨਾਈਆਂ। ਬਿਨਾ ਪਛਾਣ ਤੋਂ ਹੀਰੇ ਮੋਤੀ ਕੌਡਾਂ ਦੇ ਪਾਤੁੱਲੇ, ਬਿਨਾ ਪਛਾਣ ਤੋਂ ਹੀਰੇ ਮੋਤੀ ਕੌਡਾਂ ਦੇ ਪਾਤੁੱਲੇ,
ਪ੍ਰਜਾ ਪਾਲਣ ਵਾਲੀਆਂ ਰੀਝਾਂ ਰਾਜੇ ਵਕਤੀ ਫੁੱਲੇ ਲੀਰਾਂ ਦੇ ਵਿੱਚ ਹੀਰਾ ਚਮਕਿਆ ਸੱਜਦੇ ਚੂਲਣ ਝੰਡੇ ਭਾਰਤ ਦੇ ਤਿੰਨ ਲਾਲ ਚਮਕਦੇ ਸੀ ਸਤਲੁਜ ਦੇ ਕੰਢੇ ਜਦੋਂ ਮੈਰੀਆਂ ਲਾਂਬੂ ਲਾ ਆਖਣ ਲੱਗੀਆਂ ਰੂਹਾਂ ਹੁਣ ਗੋਰੇ ਦਾ ਰਾਜ ਨੀ ਰਹਿਣਾ ਇਉਂ ਆਖੇ ਪਿਆ ਤੂੰ ਮੇਮਾ ਨਾਚਰੀਆਂ ਸੀ ਸੁਰਖੀ ਪਾਊਡਰ ਲਾਈਆਂ ਸੂਰਜ ਦੇ ਡੁੱਬਣ ਦੇ ਪਿੱਛੋਂ ਹੋਣ ਗਈਆਂ ਰਿਸ਼ਲਾਈਆਂ ਇਸ ਧਰਤੀ ਦੀ ਜਿਨਾ ਪਵਿੱਤਰ ਖਾਕ ਵੀ ਆ ਤੁਕ ਖੜਨੀ ਰਾਜ ਤੇਰਾ ਮਨਜੂਰ ਗੋਰਿਆ ਇਹ ਪੱਟੀ ਨਹੀਂ ਪੜਨੀ ਉਹ ਵੀਰਾਂ ਦੇ ਗਲਿਆਂ ਦੇ ਚੱਲਣੇ ਨੀ ਵੀਰਾਂ ਦੇ ਖੰਡੇ ਭਾਰਤ ਦੇ ਤਿੰਨ ਲਾਲ ਚਮਕਦੇ ਸੀ ਸਤਲੁਜ ਦੇ ਕੰਢੇ ਰੁਪਏ ਹਿੰਦੁਸਤਾਨੀ ਸਾਰੇ ਲੈ ਏਕੇ ਦਾ ਜੰਤਰ ਹੁਣ ਗੋਰਾ ਨਾ ਇੱਥੇ ਰਹੂਗਾ ਭਾਰਤ ਹੋਊ ਸੁਤੰਤਰ ਜੋਰ ਕਿਸੇ ਦਾ ਸਦਾਰਿਆ ਨੇ ਤੁਰ ਗਈਆਂ ਬਾਦਸ਼ਾਹੀਆਂ ਸੂਰਜ ਦੇ ਡੁੱਬਣ ਦੇ ਪਿੱਛੋਂ ਹੋਣ ਗਈਆਂ ਰਿਸ਼ਲਾਈਆਂ ਸਤਲੁਜ ਦੇ ਪਾਣੀ ਤੋਂ ਸੁਣਦੇ ਸਤਲੁਜ ਦੇ ਪਾਣੀ ਤੋਂ ਸੁਣਦੇ ਇਨਕਲਾਬੀ ਨਾਰੇ ਗੋਰੇ ਪਾਪੀ ਵਾਧੇ ਕਰਦੇ ਬਿਜਲੀ ਕਰੇ ਇਸ਼ਾਰੇ ਜੋਗ ਜਿੰਨਾ ਗਦਾਰੀ ਕੀਤੀ ਜੋਗ ਜਿੰਨਾ ਗਦਾਰੀ ਕੀਤੀ ਉਹ ਜਾਵਣਗੇ ਪੰਡੇ ਉਹ ਜਗ ਤੇ ਉਹ ਜਾਵਣਗੇ ਪੰਡੇ ਭਾਰਤ ਦੇ ਤਿੰਨ ਲਾਲ ਚਮਕਦੇ ਸੀ ਸਤਲੁਜ ਦੇ ਕੰਢੇ ਹੀਰੇ ਉਹ ਸੀ ਸਤਲੁਜ ਦੇ ਕੰਢੇ